ਠੀਕ ਹੋ ਪਲੀਜ਼ ਮੈਨੂੰ ਅਮਰ ਭਾਈ ਨੇ ਟੱਕ ਲੈਣਗੇ ਮੇਰੇ ਉਸ ਤੋਂ ਬਾਅਦ ਆਵਾਜ਼ ਨਹੀਂ ਆਏਗੀ ਲੇਕਿਨ ਪਲੀਜ਼ ਤੇਰੀ ਵੀਰ ਕਾਮ ਡਾਊਨ ਹੋ ਜਾਓ ਹਾਂ ਮੇਰੀ ਵੀ ਨਾ ਮੈਂ ਹੋ ਗਿਆ ਕੰਮ ਨਹੀਂ ਛੋੜ ਦਿਓ ਲੇਕਿਨ ਕਾਮ ਡਾਊਨ ਹੋ ਜਾਓ ਚਲੋ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਅੱਛਾ ਲੋ ਬਾਹਰ ਲੋ ਨਾ ਅੱਗੇ ਤੋਂ ਮੇਰਾ ਭਰਾ ਯਾਦ ਰੱਖਣਾ ਜੀ 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 ਠੀਕ ਹੋ ਗਿਆ ਠੀਕ ਹੋ ਗਿਆ ਲੱਛੇ ਨਹੀਂ ਹੈ ਯਾਰ ਆ ਗੁਜਰਾ ਇਜ਼ੀ ਹੋ ਜਾ ਗੁਜਰਾ ਆ ਗੁਜਰਾ ਗੁੱਸਾ ਨਾ ਕਰ ਅੱਛਾ ਭਜਨ ਅਰਜ਼ ਹੈ ਮੈਂ ਅਰਜ਼ ਕਰਾਂ ਤੁਹਾਨੂੰ ਇੱਕ ਬੰਦਾ ਆਇਆ ਹੈ ਉਸਦੀ ਗੱਲਬਾਤ ਤੈਅ ਹੋ ਰਹੀ ਹੈ ਠੀਕ ਹੈ ਨਾ ਅਤੇ ਬਾਜ਼ ਔਕਾਤ ਬੰਦੇ ਆਉਂਦੇ ਨੇ ਅਲਫਾਜ਼ ਉਹਨਾਂ ਦੇ ਗੱਲ ਤੈਅ ਕਰਨ ਵਾਲੇ ਆਉਂਦੇ ਨੇ ਲੇਕਿਨ ਉਹ ਮਾਹੌਲ ਐਸਾ ਬਣਾ ਕੇ ਜਾਂਦੇ ਨੇ ਔਰ ਉਸਦਾ ਬਹਾਨਾ ਬਣਾ ਕੇ ਜਿਸ ਤਰ੍ਹਾਂ ਇਹ ਰਾਜਾ ਜਵੇਦ ਭਾਈ ਮੌਜੂਦ ਨੇ ਕਿ ਬਿਲਕੁਲ 74 ਦੀ ਕਾਰਵਾਈ 'ਤੇ ਮੁਕੰਮਲ ਗੱਲ ਤੈਅ ਹੋ ਗਈ ਉਹਨਾਂ ਨੇ ਗੱਲ ਉਠਾ ਲਈ ਕਿ ਜਨਾਬ ਇਹ ਤੁਸੀਂ ਸ਼ਾਇਦ ਉਮੀਦ ਕੀਤੀ ਹੈ ਲਿਹਾਜ਼ਾ ਸ਼ਾਮੀ ਨਹੀਂ ਗੱਲ ਕਰਨੀ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਦਾ ਉਹ ਬਹਾਨਾ ਬਣਾ ਕੇ ਕਹਿਣਗੇ ਜਨਾਬ ਇਹ ਦੇਖੋ ਨਾ ਤੁਸੀਂ ਫਲਾਣੇ ਬੰਦੇ ਇੰਟਰਪਟ ਕਰ ਰਹੇ ਸਨ ਗਾਲੀ ਗਲੋਚ ਯੇ ਵੋ ਸ਼ਿੱਦਤ ਈਦ ਦਾ ਦਿਨ ਵੀ ਸੀ ਮੈਂ ਜ਼ਿਆਦਾ ਮਸਰੂਫ ਵੀ ਸੀ ਤੁਹਾਡੇ ਕੋਲ ਮੈਂ ਆਉਣਾ ਸੀ ਲੇਕਿਨ ਇਸ ਵਜ੍ਹਾ 'ਤੇ ਮੈਂ ਨਹੀਂ ਆਇਆ ਲਿਹਾਜ਼ਾ ਨੋਰਮਲ ਮਾਹੌਲ ਬਣਾ ਕੇ ਅਤੇ ਗੱਲ ਤੈਅ ਕਰਕੇ ਗੱਲ ਸ਼ੁਰੂ ਹੋਣ ਦਿਓ ਵਿੱਚੋਂ ਅਗਰ ਪਾ ਲਓਗੇ ਕੰਮ ਤਾਂ ਉਸਦਾ ਕੋਈ ਮਕਸਦ ਫਾਇਦਾ ਨਹੀਂ ਇੰਟਰਪਟ ਕਰੋਗੇ ਤਾਂ ਮੈਂ ਥੱਲੇ ਉਤਰਿਆ ਕੀ ਹੋਇਆ ਕੀ ਮਸਲਾ ਕੀ ਖੜਾ ਹੋ ਉਹ ਬਿਠਾ ਲਿਆ ਅਮਰ ਭਾਈ ਕੁਛ ਨਹੀਂ ਹੋਇਆ ਬਿਠਾ ਲਿਆ ਬੋਲਾਂ ਮੈਂ ਜਾਂ ਨਾ ਬੋਲਾਂ ਮੈਂ ਧੌਣ ਭੰਨ ਕੇ ਥੱਲੇ ਸੁੱਟ ਦਿਆ ਕਰੋ ਬੋਲੋ ਬੋਲਾਂ ਮੈਂ ਅਮਰ ਭਾਈ ਦਾ ਇਤਰਾਜ਼ ਕੀ ਹੈ ਕੰਮ ਦੀ ਗੱਲ ਹੁੰਦੀ ਕਿਸ ਟਾਈਮ ਯਾਰ ਉਹ ਨਾ ਇੱਕ ਰਵਾਇਤ ਹੈ ਉਹ ਹਾਫਿਜ਼ ਇਬਨ ਕਯਿਮ ਦੀ ਕਿਤਾਬ 'ਚ ਅਤੇ ਉਹ ਉੱਥੇ ਹੀ ਲਿਖੀ ਹੈ ਕਿ ਉਹ ਜ਼ਈਫ ਰਵਾਇਤ ਹੈ ਉਹ ਪਿਆ ਪੇਸ਼ ਕਰਦਾ ਬਸ ਇੰਨੀ ਗੱਲ ਲੇਕਿਨ ਉੱਥੇ ਹੀ ਲਿਖੀ ਉਸੇ ਕਿਤਾਬ ਵਿੱਚ ਲੇਕਿਨ ਉਹ ਰਵਾਇਤ ਜਿਹਨੇ ਕਿਤਾਬ ਚ ਦਰਜ ਕੀਤੀ ਉਹਨੇ ਥੱਲੇ ਜ਼ਈਫ ਦਾ ਹੁਕਮ ਲਾਇਆ ਥੱਲੇ ਜ਼ਈਫ ਲਿਖਿਆ ਇਹਨਾਂ ਜਿਹੜਾ ਸਕੈਨ ਲਾਇਆ ਨਾ ਮੈਨੂੰ ਨਹੀਂ ਸਮਝ ਆਈ ਕਿ ਉਹਨਾਂ ਕਿੱਥੋਂ ਇਹਨਾਂ ਸਕੈਨ ਲਿਆ ਜਿਹੜਾ ਸਕੈਨ ਹੈ ਮੇਰੀ ਫੋਟੋ ਦੇ ਪਿੱਛੇ ਲੱਗਿਆ ਮੈਂ ਹੁਣ ਬੰਦ ਕੀਤਾ ਯਾਰ ਇੱਕ ਮਿੰਟ ਹੁਣ ਗੱਡੀ ਲਾ ਲੈਂਦੇ ਮੈਂ ਦੱਸਣਾ ਤੁਹਾਨੂੰ ਉਹਦੇ 'ਚ ਨਹੀਂ ਹੈ ਲੇਕਿਨ ਜਿਹੜੀ ਮੇਰੇ ਕੋਲ ਉਹਦੀ PDF ਹੈ ਨਾ ਉਹਦੇ ਵਿੱਚ ਉਸ ਰਵਾਇਤ ਦੇ ਉੱਤੇ ਹੁਕਮ ਲੱਗਿਆ ਕਿ ਰਵਾਇਤ ਮੈਂ ਤਾਂ ਉਸੇ ਵੇਲੇ ਉਹਨੂੰ ਗੱਟਰ ਬੁਰਦ ਕਰਨ ਲੱਗਾ ਸਾਂ ਕਿਉਂਕਿ ਹਦੀਸ ਸਹੀ ਹਦੀਸ ਦੇ ਖਿਲਾਫ਼ ਨੇ ਉਹ ਅਲਫਾਜ਼ ਉਹਦੇ 'ਚ ਇਹ ਲਿਖੇ ਨੇ ਕਿ ਉਮਰ ਮੋਮਿਨੀ ਨੇ ਅਸ਼ਦ ਦੀ ਰਜ਼ੀ ਅੱਲਾਹ ਤਾਲਾ ਅਨਹਾ ਨੂੰ ਵੇਖ ਕੇ ਮਾਜ਼ ਅੱਲਾਹ ਨਬੀ ਅਲੈਹਿ ਸਲਾਤੁ ਵਸਲਾਮ ਕੋਲੋਂ ਸਬਰ ਨਹੀਂ ਸੀ ਹੁੰਦਾ ਜਾਂ ਬੇਕਾਬੂ ਹੋ ਜਾਂਦੇ ਸੀ ਇਹ ਹੋ ਹੀ ਨਹੀਂ ਸਕਦਾ ਇਹ ਲਫਾਜ਼ ਸਹੀ ਹੋ ਹੀ ਨਹੀਂ ਸਕਦੇ ਕਿਉਂਕਿ ਸਹੀ ਲਫਾਜ਼ ਰਵਾਇਤ ਦੇ ਇਹਦੇ ਬਰਕਸ ਨੇ ਕਿ ਨਬੀ ਅਲੈਹਿ ਸਲਾਤੁ ਵਸਲਾਮ ਤੋਂ ਵੱਧ ਕਿ ਕਿਸੇ ਦਾ ਸਬਰ ਹੈ ਹੀ ਨਹੀਂ ਕਿਸੇ ਦਾ ਜ਼ਬਤ ਹੈ ਹੀ ਨਹੀਂ ਆਪਣੀ ਖਾਹਿਸ਼ ਉੱਤੇ ਅਤੇ ਉਹ ਰਵਾਇਤ ਮੈਨੂੰ ਉਸੇ ਵੇਲੇ ਪਤਾ ਲੱਗ ਗਿਆ ਹੈ ਤਾਂ ਕੋਈ ਗੱਟਰ ਬੁਰਦ ਕਰਨ ਵਾਲੀ ਪਰ ਮੈਂ ਕਿਹਾ ਹੁਣ ਮੈਂ ਗੱਡੀ 'ਤੇ ਚਲਾਉਂਦਾ ਮੈਂ ਰੁਕਣਾ ਅਤੇ ਵੇਖਣਾ ਅਤੇ ਫਿਰ ਜਵਾਬ ਠੀਕ ਹੋ ਗਿਆ ਜਿਹੜਾ ਸਹੀ ਹੋਇਆ ਉਹਨਾਂ ਦੇ ਅੱਗੇ ਰੱਖਣਾ
ਹਾਂ ਮੈਂ ਰੱਖਾਂਗਾ। ਆਪਕੀ ਆਵਾਜ਼ ਨਹੀਂ ਆ ਰਹੀ ਪੀਰ ਅਸਕਾਨੀ ਭਾਈ। ਮੈਂ ਆਇਆ ਬਸ ਇੱਕ ਮਿੰਟ ਭਾਈ, ਇਨਕੋ ਬਤਾਏ ਉਨਕੀ ਆਵਾਜ਼ ਪੀਰ ਅਸਕਾਨੀ ਭਾਈ ਕਿ ਨਹੀਂ। ਨਹੀਂ ਭਾਈ, ਇਹ ਪ੍ਰੋਪੇਗੰਡਾ ਇਹਨਾਂ ਨੇ ਸ਼ੁਰੂ ਕੀਤਾ ਹੋਇਆ ਵਾ। ਇਹ ਇਬਨੇ ਕਈਮ ਦੀ ਜਿਹੜੀ ਜਿਹੜੀ ਉਹ ਰਵਾਇਤ ਦੇ ਉੱਤੇ ਉਹਨੇ ਆਪਣੇ ਕੋਲ ਲਫ਼ਜ਼ ਪਾ ਕੇ ਬਕਵਾਸ ਕੀਤੀ ਹੈ ਨਾ ਉਹਨੇ ਸਲਮਾਨ ਨੇ, ਉਹਦੇ ਥੱਲੇ ਇਹਨਾਂ ਨੇ ਕਿਹਾ ਜੀ ਅਬਦੁੱਲਾ ਬਿਨ ਉਮਰ ਵਾਲੀ ਰਵਾਇਤ ਦਾ ਜਵਾਬ ਦਿਓ, ਅਗਰ ਉਹ ਗੁਸਤਾਖੀ ਹੈ ਫਲਾਣੀ ਹੈ। ਸਿਰਫ ਉਹ ਉਹਨੂੰ ਡਿਫੈਂਡ ਕਰਨ ਵਾਸਤੇ ਇਹਨਾਂ ਨੇ ਹੁਣ ਨਵੀਆਂ ਰਵਾਇਤਾਂ ਦੇ ਚੱਕਰਾਂ ਸਾਨੂੰ ਫਸਾ ਦੇਣਾ। ਇੰਨੀ ਗੱਲ ਉਹਨੂੰ ਕਹੋ ਕਿ ਅਸੀਂ ਇਹਦਾ ਤੁਸੀਂ ਇਹ ਗੱਲ ਤੈਅ ਕਰੋ ਨਾ ਕਿ ਇਹਦਾ ਸਬੂਤ ਅਸੀਂ ਦਿਖਾ ਦਿੰਦੇ ਹਾਂ, ਉਹਨੂੰ ਕਹੋ ਉਹਦੇ ਅਲਫਾਜ਼ ਤੂੰ ਦਿਖਾ ਦੇ, ਜਿਹੜਾ ਝੂਠਾ ਪੈ ਗਿਆ ਉਹ ਤੇ ਲੰਤ ਪਾ ਦੇਵਾਂਗੇ। ਇਹ ਗੱਲ ਇਹ ਇਹਨਾਂ ਨੇ ਪ੍ਰੋਪੇਗੰਡਾ ਸ਼ੁਰੂ ਕੀਤਾ ਹੈ। ਇਹਨਾਂ ਨੇ ਅਬਦੁੱਲਾ ਬਿਨ ਉਮਰ ਦੀ ਰਵਾਇਤ 'ਤੇ ਵੀ ਇਤਰਾਜ਼ ਕੀਤਾ ਸੀਗਾ, ਜਿਹੜੀ ਬਿਲਕੁਲ ਉਹਦੇ ਥੱਲੇ ਲਿਖੀ ਹੋਈ ਹੈ, ਜਿਹੜੀ ਜਿਹਤੇ ਬਕਵਾਸ ਕੀਤੀ ਹੋਈ ਹੈ। ਸਲਾਮ ਅਲੈਕੁਮ। ਵਾਲੇਕੁਮ ਅਸਲਾਮ ਪੀਰ ਸਾਹਿਬ। ਆਪ ਆਵਾਜ਼ ਆ ਰਹੀ ਹੈ ਜੀ? ਮੈਨੂੰ ਤਾਂ ਬਹੁਤ ਕਲੀਅਰ ਆ ਰਹੀ ਹੈ ਯੂਸੁਫ ਭਾਈ ਕੀ ਡਾਂਸ। ਅਮਰ ਰਜ਼ੀ ਸਾਹਿਬ ਆਵਾਜ਼ ਆ ਰਹੀ ਹੈ? ਤਰਤਲੀ ਮਤ ਪਾਓ, ਤਰਤਲੀ ਤੋਂ ਇਧਰ ਪੜੇਗੀ ਆਪ, ਆਜ ਤੇਰੇ ਮੁਨਾਜ਼ਰਾ। ਬਾਤ ਇਹ ਹੈ ਕਿ ਜਿਸ ਰਵਾਇਤ ਕੇ ਬਾਰੇ ਮੈਂ ਬਾਤ ਕਰ ਰਹੇ, ਕੱਲ ਹਮਨੇ ਇਸ ਪੇ ਯਹਾਂ ਪਰ ਸਹਿਰ ਹਾਸਿਲ ਗੁਫਤਗੂ ਕੀ ਥੀ, ਆਮਿਰ ਅਜ਼ੀਜ਼ ਸਾਹਿਬ ਮੌਜੂਦ ਨਹੀਂ ਥੇ ਕਿਆ? ਰਾਜਾ ਸਾਹਿਬ ਜ਼ਰਾ ਮਿਊਟ ਲਗਾਓ ਨਾ, ਰਾਜਾ ਸਾਹਿਬ ਸਾਡੇ ਵੱਡੇ ਮਿਊਟ ਨਹੀਂ ਲਾਉਂਦੇ, ਨਿੱਕੇ ਕੇ ਲਗਾਉਣਗੇ। ਕੱਲ ਹਮਨੇ ਜੋ ਬਾਤ ਕੀ ਥੀ, ਕਿ ਆਪਨੇ ਸੁਣੀ ਨਹੀਂ ਥੀ ਵੋ ਗੁਫਤਗੂ? ਦੇਖੇ ਆਪ ਤੋ ਮੁਨਾਜ਼ਰਾ ਤੈਅ ਹੋ ਗਿਆ ਨਾ, ਆਪ ਤੋ ਹਮ ਇਸ ਪੇ ਮੁਨਾਜ਼ਰੇ ਮੇਂ ਹੀ ਬਾਤ ਕਰੇਂਗੇ। ਤਰਤਲੀ ਪਾ ਦੀ ਹੈ ਆਪ ਲੋਗੋ ਨੇ, ਬਸ ਔਰ ਕੁਛ ਨਹੀਂ। ਤਰਤਲੀ ਪੜੇਗੀ ਤੋ ਬਰਾਡ ਉੱਪਰ ਜਾਏਗੀ ਨਾ, ਤਰਤਲੀ ਕੇ ਬਗੈਰ ਤੋ ਆਪ 20 ਬੰਦੇ ਨਹੀਂ ਪਾਣੀ ਪਾਣੀ ਆ ਥਲੇ ਰਾਜਾ ਵੇ ਨਾ ਯਾਰ ਫਰਾਦ ਹੈ ਇਹਨਾਂ ਨੂੰ ਵਜਣ ਵਾਲੀ। ਗੱਲ ਬਾਤ ਹੋ ਗਈ ਸੀ ਇਸ ਰਵਾਇਤ ਪੇ ਔਰ ਪੂਰਾ ਮੁਕੰਮਲ ਹਮਨੇ ਗੁਫਤਗੂ ਕੀਆ ਥਾ ਕਿ ਹਦੀਸ ਕੇ ਕੁਛ ਅਲਫਾਜ਼ ਜੋ ਪੇਸ਼ ਕੀਏ ਗਏ ਹੈ ਵੋ ਨਹੀਂ ਹੈ, ਵੋ ਡਾਲੇ ਗਏ ਹੈ, ਕਿਸ ਨੇ ਡਾਲੇ ਹੈ ਯੇ ਬਾਤ ਵੀ ਕੀ ਥੀ, ਸਮਝ ਰਹੇ? ਹਦੀਸ ਇਹ ਜੋ ਪੇਸ਼ ਕੀ ਜਾਤੀ ਹੈ ਹਦੀਸ ਹੈ ਸਹੀ, ਲੇਕਿਨ ਕੁਛ ਅਲਫਾਜ਼ ਮਤਨ ਮੇਂ ਡਾਲ ਦੀਏ ਗਏ ਹੈ, ਜ਼ਿਆਦਾ ਕਰ ਦੀਏ ਗਏ ਹੈ, ਔਰ ਇਸ ਪੇ ਮੁਹੱਦਿਸੀ ਨੇ ਗੁਫਤਗੂ ਕੀ ਹੈ, ਸਮਝ ਰਹੇ? ਹਦੀਸ ਤੋ ਇਤਨੀ ਸੀ ਹੈ ਕਿ ਜਅਲਤ ਕੁਰਰਤ ਆਇਨ ਫਿ ਸਲਾ ਵਹੱਬਬ ਇਲੈ ਅਨਸਾ ਵਤੈਬ, ਇਤਨੀ ਸੀ ਬਾਤ ਹੈ, ਲੇਕਿਨ ਆਗੇ ਜੋ ਅਲਫਾਜ਼ ਹੈ ਵਾ ਲਾ ਅਸ਼ਬਅ ਮਿਨ ਹੁਬ ਸਲਾ ਵਨਸਾ, ਇਹ ਜ਼ਿਆਦਾ ਅਲਫਾਜ਼ ਹੈ, ਜ਼ਿਆਦਾ ਕੀਏ ਗਏ ਹੈ। ਕੱਲ ਇਸ ਪਰ ਗੁਫ਼ਤਗੂ ਕੀ ਥੀ ਹਮਨੇ, ਸ਼ਾਇਦ ਆਮਿਰ ਸਾਹਿਬ ਨਹੀਂ ਥੇ, ਤਰਤਲੀ ਪਾ ਜਾਏ। ਔਰ ਰਾਜਾ ਸਾਹਿਬ ਕਾਲ ਡਾਲ ਕੇ ਉੱਪਰ ਆ ਜਾਓ, ਇਤਨੀ ਜੋ ਬਾਤੇ ਆਪ ਨੀਚੇ ਲਿਖਤੇ ਹੋ ਉੱਪਰ ਆ ਜਾਓ, ਈਦ ਮੁਬਾਰਕ ਬੋਲੋ ਯਾਰ, ਐਡੀ ਕਿਹੜੀ ਗੱਲ ਹੈ, ਹਮਨੇ ਕੌਣ ਸਾ ਖਾ ਜਾਣੇ ਆਪਕੋ, ਨਾ ਹਮ ਆਪਕੀ ਤਰ੍ਹਾਂ ਮਾਈਕ ਮਿਊਟ ਕਰੇਂਗੇ ਨਾ ਨੀਚੇ ਉਤਾਰੇਂਗੇ, ਖੁੱਲ ਕੇ ਆਪਣੀ ਬਾਤ ਕਰੋ, ਜੋ ਇਤਰਾਜ਼ ਹੈ। ਰਾਜਾ ਕੌਣ ਹੈ ਬਾਈ? ਇਹ ਜਿਸ ਨੇ ਘੋੜਾ ਬਣਾਇਆ ਵਾ ਕਾਲੇ ਰੰਗ ਦਾ ਘੋੜਾ, ਆਪ ਨੀਚੇ ਸੇ ਬੰਦੇ ਖਾਇਆ ਕਰੇ ਨਾ, ਕਾਲ ਡਾਲਾ ਕਰੇ। ਇਹ ਮੇਰੇ ਗੁਜਰਾਤ ਕਾ ਹੀ ਹੈ ਜੀ ਜੀ। ਅਬ ਨਜ਼ੀਰ ਸਾਹਿਬ ਆਪਨੇ ਮੇਰੀ ਬਾਤ ਸੁਣ ਲਈ ਜਾਂ ਨਹੀਂ ਸੁਣੀ? ਨਹੀਂ ਸੁਣੀ, ਮੈਂ ਨੀਚੇ ਉਤਰ ਗਿਆ ਥਾ। ਜਿਸ ਰਿਵਾਇਤ ਕੇ ਬਾਰੇ ਮੈਂ ਆਪ ਬਾਤ ਕਰ ਰਹੇ ਹੈ ਇਬਨ ਕਯਿਮ ਕੀ, ਵੋ ਤੋ ਕੱਲ ਹਮਨੇ ਬਾਤ ਕੀ, ਵੋ ਮੁਕੰਮਲ ਬਾਤ ਬਤਾ ਦਿਆ ਕਿ ਕਿਆ ਹੈ।
اس کے جو الفاظ جی یہ اور ہے. اچھا اس کی بات نہیں کر رہے. اچھا جو آپ نے مجھے دیا تھا وہ پی ڈی ایف دیا تھا اس کا کیا کرنا ہے؟ ہو گیا اوپن؟ اوپن ہو گیا نا, میں نے کتنی بار بتایا کہ اوپن ہے اوپن ہے. مطلب پڑھی جا سکتی ہے ساری کتاب؟ ہاں پڑھی جا سکتی ہے, اوپن ہے میرے سامنے. بتائیے. اصل مسئلہ یہ ہے کہ اس میں جو باب ہیں وہ نہیں باندھے ہوئے. اردو والے نے جو ٹرانسلیٹ کیا وہ تو اس نے باب باندھ دیے اس کے. ہاں لیکن وہاں پر تو باب نہیں ہے باندھے نا. لیکن وہ آخر پہ جا کر نا, وہ جو آخری باب ہے یا آخری سے ایک پہلے ہے, وہاں پر کچھ عشق کے معاملے میں لکھا ہوا ہے کہ ایک ہے بیویوں سے محبت, ایک عشق کے بارے میں. یہ دو چیپٹر ہیں, وہاں جا کے کچھ باتیں دیکھنے والی ہیں. لیکن ترتیب اس میں سے صفحہ کیا دیکھنا ہے؟ یہی ہے نا, یہاں پھر اسکانی بھائی میرے پاس جو اردو والا صفحہ ہے وہ تو وہ نہیں ہوگا نا, وہ عربی میں تو کوئی صفحہ اور ہوگا نا. آپ کے پاس تو عربی ورژن کھل گیا ہے, اس میں سے وہی بات پہلے تو نکالنی ہے, وہ جو آپ کہہ رہے تھے کل کہ انہوں نے وہ جو پہلے اس نے فرقان نے جو اعتراض پیش کیا تھا, یہ بھی اسی طرح کا ایک اعتراض ہے. ایک اور آ گیا سامنے. ہاں اچھا اچھا, وہ بھی فرقان نے کی ہے؟ نہیں یہ جٹ نے کیا, یہ ابھی جو آیا تھا ٹک ٹاک بابا ٹک ٹاک. دیکھ لیتا ہوں دیکھ لاتا ہوں کیا ہوتا ہے. ہاں یہ ہے, یہ جو روایت ہے نا یہ عشق والے باب میں ہے کہ عشق کس کس طرح کا, تین طرح کے عشق ہوتے ہیں. انہوں نے لکھا ہوا ہے حافظ ابن قیم رحمہ اللہ نے کہ تین طرح کا عشق ہوتا ہے, ایک ابتدائی ایک ثانوی ایک اور ایک اور طرح کا. تو حقیقی عشق حقیقی لکھا ہوا ہے اس طرح کر کے انہوں نے. تو اس میں یہ بات ہے, ام سلمہ رضی اللہ تعالیٰ عنہا راوی ہیں اس روایت کی, مسند احمد کی روایت ہے اور نسائی میں بھی ہے غالباً. تو تخریج والے نے نیچے اس پہ حکم لگایا ہوا ہے کہ یہ روایت ضعیف ہے. وہ میں نے مسند احمد سے بھی کھول کے دیکھی ہے, وہ روایت ضعیف ہے. ایک سیکنڈ ذرا ہولڈ رکھیں. یہ کہاں کے کون صاحب اوپر آئیے؟ پیر صاحب بکری کر دی. جی 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 ہو گئی. چوہان صاحب اوپر آئیے. کہاں ہے چوہان؟ کوئی پلاؤ شلاؤ بنایا پیر صاحب کہ نہیں بنایا؟ جی کیا کیا کیا, کیا کہا آپ نے؟ میں کہا کوئی پلاؤ وغیرہ بنایا, کوئی گوشت وغیرہ پکایا بھی ہے؟ آج تو گھر میں ترتلی پہ گئی تھی بھائی. اچھا یا اللہ پیر صاحب آج آپ نے گھر میں پیروں لاتوں پر پہر پایا ہوا ہے. مطلب آپ اپنے گھر میں قربانی کرتے ہیں نا, کوئی پرابلم تو نہیں ہے جی؟ آپ اپنے گھر میں قربانی کرتے ہیں نا, جیسے دبئی وغیرہ میں؟ نہیں نہیں دبئی وغیرہ دوسرے ملک میں سلاتا رہا. اپنے ہاتھوں سے کرتا تھا لیکن اس سال اپنے ہاتھوں سے نہیں کیا, خود کرتا تھا. خود کرتا؟ اچھا اچھا اچھا, حلال خود کرتا تھا. پچھلے سال دو میں نے کیے تھے اپنے ہاتھوں. ماشاءاللہ میں بھی ایسے ہی کرتا ہوں, میں تو یہاں بھی اپنے ہاتھوں سے ہی کرتا ہوں امریکہ میں. اچھا ضروری گل کر لیے تو باقی پھر غیر ضروری گلاں پھر کر لیں گے. ہم آپ کا ویٹ کر رہے ہیں عامر بھائی. ہاں نہیں وہ میرا مائک میوٹ تھا, میں بات کر رہا تھا, میں نے سمجھا میری آواز کیوں نہیں جا رہی. تو یہ روایت وہاں پر درج ہے نا,
दवाई शाफी में आखिरी दो बाबों में से एक बाब है, दो या तीन बाब है वो आखिरी, उसमें तो 537 सफ़ा है उस किताब में, उर्दू वाली किताब में, लेकिन यहाँ पर तो कुछ और होगा। उम्मुल मोमिनीन की कब्र जन्नतुल बकी में ही है मेरा ख्याल है, क्यों पीरस करनी भाई? उम्मुल मोमिनीन आयशा सदीका रजी अल्लाह ताला अन्हा की कब्र कहाँ पर है? जन्नतुल बकी में ही है ना? जन्नतुल बकी है वहाँ ही, वहाँ ही है जन्न वही फौत में मदीना में। आपकी आवाज फिर नहीं आ रही, कोई माइक आपने ऐसा लगाया हुआ है कि रुक जाती है आवाज? भाई जन्नतुल बकी में है, लेकिन कुछ और रिवायतें भी पेश की जाती हैं जिनका कोई सर पैर नहीं है। या अय्युहल्लज़ीन ये देख लो है जन्नतुल बकी में। हाँ ठीक, लेकिन और भी रिवायतें हैं ताकि आपके जहन में ये रहे। वो क्या है? कूफा बसरा के बारे में हमारे अहले तशिया भाइयों की तरफ से। हाँ जी, कूफा और बसरा के बारे में कुछ और भी बातें हैं। बहरहाल है वो जन्नतुल बकी में। ठीक, और भी बातें? कितनी बुरी बात है, पीर साहब नीचे अलीम साहब बैठे हैं, उनको ऊपर बुलाएं, ईद मुबारक बोले उनको। भाई कहाँ है उनको, बल्कि ये भी नहीं आपको ये आगे डालते नहीं है भाई, बोल नहीं डालते, आप खुद चुक लिया करो ना बंदे। आप मैं डालता हूँ काल उनको, मुझे नहीं पता पड़ता हदीसों पर, अक्सर उनके अक्सर सवाल होते हैं हदीसों पर, तो हम हदीसों पर जवाब देने के लिए यहाँ बैठे हुए ना, तो लीम साहब को ऊपर बुलाएं और उनको कहें कि ईद मुबारक, कल कह लीजिएगा आज कुछ सवाल है किसी हदीस पर तो आप कर लें। हुसैनी साहब की ब्राइड पे जाके सवाल करेंगे। नहीं नहीं हमारी कल है, कल है, हैं अमेरिका वालों क्यों कल है हमारी कल, यूरोप सारे में आज ही है हमारा चांद यूके में उस। अच्छा अच्छा अच्छा, हाँ जी हाँ जी 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 बिल्कुल आज जनाब। कोला भाई कह रहे हैं कि आपकी आवाज नीचे नहीं जा रही है भाई, अलीम भाई की आवाज नीचे नहीं जा रही है, जाहिद जमील साहब अलीम साहब की आवाज नीचे नहीं आई है, नहीं हो सकता सिर्फ पोले को ना जा रही, हमें तो आ रही है नीचे, वो कह रहे हैं नहीं आ रही, नहीं आ रही, दो बंदे कह रहे हैं नहीं आ रही, तीन बंदे कह रहे हैं नहीं आ रही, दोबारा ज्वाइन आप नीचे उतर, हाँ दोबारा ज्वाइन करें, बल्कि बाहर निकल के ना ब्रॉड से एक दफा फिर दोबारा ज्वाइन करें तो अच्छा रहेगा, या यहाँ माइक म्यूट करके भी अनम्यूट कर सकते थे। अच्छा अजीब बात यह है पीर अस्कानी भाई कि ये रवायत यहाँ पर क्या है और वहां पर किताब में जो मैंने देखी है वो रवायत इन लफ्जों से नहीं है, वहां पर है वहां पर भी ज़ईफ नीचे हुक्म
تخریج میں لگا ہوا ہے، لیکن وہاں پر کچھ الفاظ اس میں ایسے ایڈ کر دیے گئے جو روایت کے الفاظ نہیں ہیں. میں حیران ہو رہا ہوں کہ وہ کس نے کیے ہیں. اس لیے میں چاہتا ہوں کہ وہ کتاب کا وہ والا صفحہ کھولیں جہاں پر یہ روایت درجہ آخری تین چار جو ابواب ہیں نا ان میں سے 500 صفحوں کے بعد آپ کو کہیں ملے گی یہ روایت جو سامنے میں نے لگائی ہوئی ہے. میں نے جو کھولی یہاں پہ 28 پیجز کھلے، اس کے بعد کھلا ہی نہیں. 28 پیج میں نے جلدی جلدی دیکھ لیے، اس میں یہ بات تھی نہیں، لیکن 28 کے بعد 29 کے بعد وہ کوئی کھل ہی نہیں رہا. نہیں وہ نیٹ ورک کا، ہاں شاید ایسا ہو. شباب چال ہے آپ دوستوں کو، تو میں نے کہا ذرا دیکھا جائے کیا گفتگو کر رہے ہیں، بات مبارک کہہ دیا جائے. میری کال آ گئی تھی، میری کال آ گئی تھی. لیم صاحب کیا بات کر رہے ہیں آپ؟ مجھے تو نہیں پتا کیا گفتگو آپ دوستوں کی چل رہی ہے، میں تو آپ کو دیکھ کے آیا ہوں کہ عید مبارک کہہ دوں اور ساتھ میں دوست کا سارے اکٹھے بیٹھے ہیں، تو آپ کو سننے کے لیے ابھی کھولا ہی ہے میں نے سب سے پہلے آپ کی براڈ پہ. اچھا اچھا بہت اچھے، آپ کو ویلکم ہے. ہوا یہ ہے کہ وہ مرزا صاحب کے پیروکار ہیں، تو وہ احادیث پر اعتراضات، پیغمبر اسلام پر اعتراضات، امہات المومنین کی باتوں پر اعتراضات ہیں، تو ہم موجود ہیں ان کے اعتراضات کا جواب دینے کے لیے. اچھا اچھا، تو وہ آئے تھے جٹ صاحب یہاں پر، وہ جٹ احمد جٹ، وہ آئے تھے، ان کو کوئی اعتراض تھا ایک صفحے پر، وہ دعائے شافی کی کوئی ایک صفحہ ہے اس کا، تو وہ میں اس وقت براڈ میں نے آن کی، پیر اسکانی بھائی کی بھی براڈ آف تھی اور علی بھی نہیں تھا، کوئی بھی کسی نے نہیں آن کی تھی، ملک کیسر صاحب بھی سوئے ہوئے تھے، تو میں نے اس وقت اپنی براڈ آن کر لی، تو جٹ صاحب نے آ کے ایک صفحہ لگا کے اس پہ اعتراض کیا. وہ جو انہوں نے اعتراض کیا، میں نے کہا بھائی میں یہ پہلی دفعہ دیکھ رہا ہوں صفحہ جو آپ لگا رہے ہیں، ظاہر ہے ہزاروں لاکھوں کروڑوں کتابیں ہیں، تو ہم 1400 سال کے سارے لٹریچر کے ہر صفحے کا تو نہیں نا، ہمیں حفظ تو نہیں ہے. ہاں تو میں نے کہا بھئی ایسا کریں کہ مجھے رک لینے دیں، میں رک کے یہ صفحہ پڑھوں گا پھر آپ کو اس کا جواب دوں گا. وہ ضد کر رہے تھے، نہیں نہیں ابھی جواب دو. تو اس وقت تو جواب نہیں دے سکے، اور ایسے ہی ہم جھوٹے ثابت ہوئے، جیسے شیخ بٹالوی مرزا صاحب کے سامنے جھوٹے ثابت ہوئے نا. مرزا صاحب کہتے تھے بتاؤ کون سا الام ہے، کتنے میرا الام ہے، نکالو الام، کون سا الام ہے میرا، سلطنت برطانیہ تا 7 سال بعد ازاں باشد خلاف و اختلال. تو وہ شیخ بٹالوی
झूठे मिर्जा साहब सच्चे, क्योंकि शेख बटालवी के पास कहाँ कहाँ वो इल्हाम था, उनके पास इल्हाम का कोई सबूत तो नहीं था ना, वो तो मिर्जा साहब ने बताया था अपने मुरीद को। तो जो सच्चे थे वो झूठे हो गए, जो झूठे थे वो सच्चे हो गए। वो तो 1921 में इन्होंने सीरतुल महदी लिखी तो उन्होंने अपनी किताब में लिख दिया कि हाँ हाँ अब्बा जी का इल्हाम तो था सल्तनत बरतानिया के बारे में। तो शेख बटालवी सच्चे साबित हो गए, मिर्जा साहब झूठे साबित हो गए। मतलब उल्ट तो तब हुआ ना जब मरने के बाद मिर्जा साहब 1908 में फौत हुए, शेख बटालवी 1920 में फौत हुए, तो आसमान से फैसला बाद में आया। ऐसे ही आज हुआ है कि वो ब्रॉड आन थी, वो सच्चे जनाब जट साहब सच्चे बने हुए, हम झूठे बने हुए। काट ना जवाब दे ना जो, मैंने कहा यार गाड़ी चला रहा हूँ कैसे जवाब दो। नहीं नहीं दो जवाब, अभी जवाब दो, रोको गाड़ी। मैंने कहा यार रोकें कैसे गाड़ी, मजदूरी कर रहे हैं, ऐसे ना करें, ज्यादती ना करें। नहीं 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 अभी जवाब दो। तो वो खैर हमने बर्दाश्त कर ली उनकी जुल्म ज्यादती, और उसके बाद मैं जब रुका हूँ तो मैंने वो जो रवायत है वो देख ली है, जो जो वहाँ पर लिखी हुई है वो मैंने तैयार करके तो इनको कहा है, जट साहब को बुला के लाएं, उनको कहें भाई जो एतराज़ आपने किया था उस एतराज़ का जवाब तैयार है, आप तशरीफ़ लाएं। जो आपने जब मैं आवाज बंद हो गई, मेहमान चले जाते हैं, आवाज बंद हो गई। अच्छा अब ठीक है आवाज। वो कह रहे थे कि जब मेहमान चले जाते हैं तो फिर मैं आता हूँ, फिर मैं आके जवाब ले लेता हूँ। हमने कहा ठीक है, जब आप चाहें तो शरीफ लाएं, आपके इतराज़ का जवाब तैयार है। ठीक है, अभी जो आपने शरीफ सामने लगाई हुई है, मैं इसके ये तो ज़ईफ़ है, इसके नीचे तो रेड है। हाँ हाँ यही यही हदीस के ना ये अल्फाज उन्होंने मेरे सामने ये सफा पेश किया है आपके अहमद जट साहब ने। तो ये लेकिन इसके नीचे भी कोई होगा, इसकी सनद होगी, वो नीचे तकरीज लिखी हुई है, वो जो हाशिए के नीचे नहीं होती वहाँ पर लिखा हुआ है। आसान बात है, ज़ईफ हदीस है, इसको डिस्कशन कर रहे हैं आप। नहीं, एक ज़ईफ हदीस जो होती है वही ला के पेश की जा सकती है ना, सही हदीस वो कैसे पेश कर सकते हैं कि जब आपको ये पता चल गया कि हदीस जो है ये ज़ईफ है, ये ज़ईफ है, इसका स्टेटस जो है वो ज़ईफ है, तब भी जो अभी आपने पहला सफा लगाया उसके नीचे भी ज़ईफ लिखा हुआ है, तो फिर ये इसके ऊपर तो बिल्कुल साफ, ये जो रेड होता है ना नीचे, ये इस्लाम 360 पे बड़ा आसान सा तरीका है, ये रेड ज़ईफ का होता है मेरे ख्याल में, जितना मुझे पता। हाँ हाँ सही आप कह रहे हैं। हाँ तो इसका तो इस पर डिस्कशन क्या करना चाहते हैं आप? नहीं, उन्होंने ये एतराज़ किया है कि देखिए आपकी किताब में ये बात मौजूद है नबी अलैहिस्सलातु वस्सलाम की शान के खिलाफ, आपके बाबू ने ये बातें लिखी हैं, हम उनको ये जवाब देना चाहते हैं कि जो हमारे बाबू ने लिखी हैं वही हमारे बाबू ने उसकी तखरीज करके बयान कर दिया है कि ये रवायत झूठी है, ये सही रवायत नहीं है, इतनी बात। हाँ जी, तो अगर तो किसी बुजुर्ग ने ऐसा लिखा है, इसको सही करके उन्होंने पेश किया है, तो फिर तो उनसे पूछा जाए, अगर तो उन्होंने लिखा है कि सही है तो फिर उन पर जिम्मेदारी आती नहीं है। ये मसनद अहमद की हदीस है ना? हाँ जी, मसनद अहमद में मसाई में गया जी है, तो इन्होंने तो वो ज़ईफ लिख दिया ना इसको, अब जहाँ पे ज़ईफ नहीं है तो
उधर बात हो सकती है, बाकी मुझे तो जो दफा आप कह रहे हैं इतराज वाला, इतराज का लफ्ज आप इस्तेमाल कर रहे हैं, ये लफ्ज मुझे मेरा ख्याल में इतराज का लफ्ज मुनासिब नहीं होता। अगर कोई चीज समझ ना आए तो वो समझी जा सकती है। और आदेश शरीफ सारी जो बाई से बरकत है और मुबारक है आपके, और आपने मुझे भी एक मेरे बारे में कहा था कि ये आप, मैं कोई इतराज करता हूँ, एक दफा भी मेरा आप इतराज साबित नहीं कर सकेगा कोई बंदा भी, कि मैंने कहा कि मुझे हदीस शरीफ पे इतराज है। कतन तौर पे मैंने कभी ये फिक्र नहीं मुझसे निकाला। नहीं, असल में हदीसों पर इतराज करना ये तो हम काफी देर से देख रहे हैं, इतराजात तो हो रहे हैं और हम उनके जवाब भी दे रहे हैं। जाहिर है मुसलमान नहीं देंगे तो कौन जवाब देंगे, तो वो तो कोई मसला नहीं है। अगर कोई बंदा इतराज़ करता है हम उसको मुतमिन करेंगे, जवाब देंगे इंशाल्लाह कि भाई ज़ईफ़ रवायत हमारे लिए हुज्जत नहीं होती, ये ज़ईफ़ है ऑलरेडी, इसको हम सही नहीं मानते। लेकिन वहाँ पर ज़ईफ़ रवायतें भी मौजूद हैं, ऐसा नहीं है कि तमाम ज़खीरा अहादीस में तमाम रवायात जो आई हैं वो सब की सब हम हुज्जत मानते हैं और सब की सब सही हैं। राजा साहब कह रहे हैं जी मिर्जा साहब ने इसका इलाज बताया, क्या इलाज बताया भाई मिर्जा साहब ने? तो लेकिन आमिर भाई इसका मेरा क्या, ये तो ज़ईफ निकला ही ना, हदीस ही ज़ईफ है। अगर वो उनसे पूछना चाहिए, अब जब सब जब शरीफ लाएंगे कि वो जहाँ से कोट कर रहे हैं वहाँ पे भी ज़ईफ लिखा हुआ है नीचे या नहीं लिखा हुआ, या उसको वो किस तरह कोट कर रहे हैं? हाँ, जो उन्होंने फिर उस पे डिस्कशन आप क्या करेंगे, उसके बारे में तो फैसला हो चुका है ना? नहीं, फैसला हो चुका है, हो सकता है उनको इस फैसले का इल्म ना हो, या वो जानबूझ कर कर रहे हैं, अब ये तो हमें नहीं पता। हाँ, ये नहीं, मुझे उम्मीद है कि उनको पता चले कि हदीस ज़ईफ है, ज़ईफ पे अगर ये उलमा ने पहले फैसला कर दिया है, मसलन अहमद में भी ज़ईफ कब्जा है, तो फिर इसको छोड़ देना चाहिए, इसका डिस्कशन मेरा नहीं ख्याल। अगर उनको नहीं पता, अगर उनको नहीं पता था तो भी हमारा ही फर्ज है कि हम उनको बताएं। अगर उनको पता था उसके बावजूद वो जानबूझकर कर रहे हैं तो भी हमारा ही जुम्मे है, क्योंकि हमारे नबी की हदीसें हैं, हमारे नबी की बातें हैं। ये आपकी बात दुरुस्त है, ये आपकी बात तशरीफ लाते हैं तो मेरा दादी का है, मुझे नहीं लगता कि उनको पता होगा ज़ईफ है, जहाँ से उन्होंने ली होगी वहाँ पर लिखा होगा। जैसे आपने भी दोनों सफ़े लगाए हैं और दोनों पे ज़ईफ लिखा हुआ है, दोनों पे आपने लिखा है। हाँ जी, हाँ, तो इस पे फिर इस पे खामोशी बेहतर है, इस पे नहीं खामोशी तो खैर नहीं करते ना लोग, मुंह की तो बात, लोग तो अपने तला की। हलीम साहब, हलीम साहब सॉरी, आपकी आवाज़ कट रही है, मेरी आवाज़ कट रही है, लोग खामोशी तो नहीं इख्तियार करते, लोग तो बढ़ा चढ़ा के बातें कर रहे हैं। फुरकान ने जो बातें कही हैं वो बातें दुनिया की किसी किताब में मौजूद नहीं हैं, दुनिया के किसी मौलवी की किताब में मौजूद नहीं है। उसने कहा है कि तुम्हारे सरकारी मुसलमानों की किताब में लिखा हुआ है, किताबों में लिखा हुआ है कि नबी अलैहिस्सलाम को माज अल्लाह औरतें इतनी पसंद थीं कि हैज के दिनों में भी वो सब्र नहीं कर सकते थे। इससे बड़ी गाली हमारे नबी को और कोई हो नहीं सकती। ये बंदा पाकिस्तान में होता 295 सी लगती इस पर, लेकिन अब वो यहाँ बैठ के इस तरह के जुल्म ढाएगा, इस तरह की गालियाँ देगा और जमात अहमदिया के तमाम अहबाब
कि आंख का वो तारा है, वो आके हमें कहते हैं कि फुरकान की बातों का जवाब दो, फुरकान के इतराजात का जवाब आप क्यों नहीं देते, तो हम उसका जवाब लेके बैठे हुए हैं, वो भी नहीं आता उसका भी इंतज़ार कर रहे हैं, पैगाम भेजा हुआ है कि ये तुम्हारे तीन एतराजात थे, उन तीनों का हमने जवाब दिया है, अब जवाबल जवाब तुम पे फ़र्ज है। एक तो ये उसने तोहमत लगाई मासूम नबी पर जो किसी किताब में नहीं है, दूसरा उसने कहा कि नबी अलैहिस्सलाम से पूछा गया आपको सबसे ज़्यादा महबूब चीज़ क्या है, आपने फरमाया औरतें, खुशबू और नमाज। तो पप्पू ने कहा भाई इस पे क्या एतराज़ है तुम्हारा, औरतें उनकी बीवियां उनको महबूब हैं तो हर एक बंदे को महबूब होनी चाहिए उनकी बीवियां। कहता है नहीं ये दूसरी औरतें हैं ये बीवियां नहीं हैं। उसने कहा भाई औरतों से मुराद बीवियां ही हैं। नहीं कहता है औरतों के लिए निसा का लफ्ज़ आता है, बीवियों के लिए अजवाज का लफ्ज़ आता है। उसने कहा यार क्यों इस तरह की ज्यादती करते हो। कहता है इसलिए कि अगर नबी पाक को औरतें पसंद थी तो बाजार की औरतें कैसे महफूज रहेंगी। माजल्ला अस्तग़फिरुल्लाह अस्तग़फिरुल्लाह। ये जमात अहमदिया का तर्जुमान है, उनकी आंखों का तारा है। तीसरा एक उसने एतराज़ ये किया कि उम्मुल मोमिनीन आयशा सिद्दीका रज़ी अल्लाह ताला अन्हा के पास नबी अलैहिस्सलाम आए अपने बेटे इब्राहिम को उठाए हुए और कहने लगे आयशा देखो कितनी मुशाबियत है इब्राहिम की मेरे साथ। उम्मुल मोमिनीन कहने लगी या रसूलल्लाह मुझे तो कोई मुशाबियत नहीं नज़र आती। नबी पाक ने फरमाया तुम्हें उसकी रंगत खूबसूरत गोरी गोरी रंगत नज़र नहीं आती, गोरा रंग नज़र नहीं आता मेरी तरह। नबी पाक का भी रंग बहुत साफ था। और वो देखो उसका गोश्त नहीं तुम्हें लगता मेरे जैसा। उम्मुल मोमिनीन कहने लगी या रसूलल्लाह जब बच्चा दाई का दूध पीता है या ऊँटनी का दूध पीता है तो उसका रंग गोरा हो ही जाता है, ये कौन सी बात है, मुझे तो नहीं लगती आपके साथ। ये एक नॉर्मल बात है छोटे बच्चे की मुशाबियत, बाप से कोई कहता है, माँ से कोई कहता है, बाप से कोई कहता है, कोई कहता नहीं है। लेकिन जमात अहमदिया का तर्जुमान और टिक टाक के तमाम मिर्ज़ाइयों की आंखों का तारा फुरकान कहता है कि शायद यही वो बात है जिसके बारे में आला हज़रत ने लिखा है कि उम्मुल मोमिनीन ने एक बात ऐसी कही है कोई और कहे तो उसकी गर्दन काटी जाए। साथ उसके वो राजपाल की किताब पढ़ने वाला इमरान कालू बैठा हुआ था, वो कहता है हाँ हाँ 100% वही यही बात कही होगी, इसी बात के बारे में आला हजरत ने कहा होगा कि उनकी गर्दन काटी जाए, कोई और बंदा ये बात कही जाए। आप समझ गए क्या मानी है इस बात का या मैं समझाऊं खोल के। आप ये बात समझ गए हैं या नहीं समझे। अलीम साहब माइक आपका म्यूट है। शायद पट्टी साहब आपको समझ आ गई है आपकी जमात का तर्जमान क्या कह रहा है, आपको समझ आ गई है। अच्छा जी अस्सलाम वालेकुम रहमतुल्लाह। वालेकुम सलाम ये रस्कानी साहब हैं जी। अस्सलाम वालेकुम। वो थोड़ा बिजी हैं, थोड़ा बिजी आ जाते हैं, मुझे बात खत्म कर लेने थे। मैंने जो बात कही है आपने सुनी है, आपको समझ आ गई है। नहीं मैं तो अभी आया हूँ, ये बात तो आप नहीं आप क्या आए हुए, ये मैंने बात सुनाई है सारी, आप सुन नहीं रहे या जानबूझ कर जवाब नहीं देना चाहते, कोई बात नहीं भट्टी साहब। तक्का कौन सा यहाँ पे, हम तक्का किसी से करते। बहरहाल वो तीसरी बात का जवाब ये है अलीम साहब कि आला हजरत ने वो बात लिखी हुई है, मलफूजात का तीसरा हिस्सा है सफा 228। अलीम साहब भी म्यूट नहीं कर रहे तो फिर बाद में वो भी कहेंगे कि मैं मसरूफ था कहीं। आप अलीम साहब ठीक है, ठीक है, ठीक है जी जी जी, मुझे बात कर लें, वो सुन रहे हैं बात। आला हजरत ने
वो बात लिखी है कि उम्मुल मोमिनीन आयशा सिद्दीका रजी अल्लाह ताला अन्हा ने और हजरत मूसा अलैहिस्सलाम ने अल्लाह ताला की शान में, अल्लाह ताला की शान में ऐसी बातें कही हैं, कोई और बंदा नहीं कह सकता, कोई और कहे उसकी गर्दन मारी जाए। ये बात उन्होंने लिखी है अल्लाह ताला की शान में, उम्मुल मोमिनीन ने कोई बात कही। ये जमात अहमदिया की आंखों का तारा कहता है कि नबी पाक की इस बात के बारे में जो मैंने अभी आपको वाक्य सुनाया है, उम्मुल मोमिनीन ने ऐसी बात कही, कोई और कहे तो गर्दन मारी जाए। ये इतने बड़े बहतानात हैं मासूम की जात पर कि ये जमात अहमदिया का अगर एक फर्द या सारे अफराद ये बातें करते हुए पाकिस्तान में पाए जाएं तो सब पर 295 सी लगनी चाहिए क्योंकि मासूम को गालियां दे रहे हैं जी। अब आप बात करें, किसने करनी है? मेरा माइक म्यूट हो गया। अगर तो मेरी आवाज तो मुझे बता, मैं इस पे बात करना चाहता हूँ। आवाज नहीं आई, किसी ने बोला है लेकिन समझ नहीं आई क्या कहा। मेरे सिग्नल्स वीक है तो कोई और दोस्त बात कर ले। मैं ठीक है पट्टी साहब, आप बात करना चाहें तो कर सकते हैं जी। फिर अस्कानी भाई आप मौजूद हैं, शायद आपसे बात करना चाहते हैं पट्टी साहब। अलीम साहब क्या फरमाते हैं जी, और समझ नहीं आई मुझे भी। अलीम साहब बिजी हैं। अलीम साहब कहते हैं कि मेरे सिग्नल वीक है इसलिए मैं, वो तो नजर आ रहा है ऊपर, वो रेड नजर आ रहे हैं उनके सिग्नल, तो मैं तो एक्चुअली उनको देख के आया हूँ, वही बात कर रहे थे, वही बात करेंगे। और अमर नजीर साहब आप सुनाएं, क्या हाल चाल है, ठीक ठाक है जी? अब मेरे को सिग्नल्स बेहतर है तो मैं रिस्पोंड करूंगा इसको। जी जी ठीक ठाक, अल्लाह का शुक्र। आवाज आ रही जी? अगर साहब आवाज आ रही है आपको? जी आ रही है आवाज, दोस्तों को आवाज आ रही है मेरी? जी आ रही है। बात ऐसे है कि मैं तो अभी जो लफ्ज इस्तेमाल कर आपके सिग्नल फिर रेड हो गए हैं और आवाज भी नहीं आ रही। अब जी अलीम साहब की आवाज तो नहीं आ रही मेरा ख्याल, क्योंकि अब मेरे ख्याल है मैं असल में मोटरवे पे हूँ तो मेरे सिग्नल थोड़ी खराब। अब ठीक है, चलो फिर तो भी ठीक हो गया। अच्छा आमिर साहब, आपने जो बात की है कि फरकान साहब को तर्जमान है जमात के, ये टेक्निकली बात आपकी गलत है, ये बात आपकी दुरुस्त नहीं है। एक इंफरादी हैसियत में बंदा जो कि खुद को एमडी कह रहे हैं, उन्होंने जो बात की है उसका वो इंफरादी तौर पे
और ذاتی طور پہ خود جواب دے ہیں اور ان کا وہ خود جواب دیں گے کہ انہوں نے کیا فکرہ بولا ہے اور اس کا ان کے پاس حوالہ ہے یا موجود نہیں ہے. اس کا نہ میں ذمہ دار ہوں نہ جماعت ذمہ دار ہے اور نہ ہی انہوں نے جماعت کی نمائندگی کرتے ہوئے یہ بات کہی ہے. نمبر ایک پہلی بات کا جواب یہ ہے. دوسری بات یہ ہے کہ آپ نے اپنی گفتگو کے اندر کیا بات کی تھی, آپ نے تین باتیں تین پوائنٹس آپ نے اٹھائے ہیں, مدد فرمائے تھوڑی سی اس کے علاوہ کیا بات آپ نے کی ہے, ہنٹ دے رہے ہیں بات آپ نے سنی. اعلیٰ حضرت کے بارے میں آگیا ذہن میں آگیا, اعلیٰ حضرت کے بارے میں انہوں نے کہا ہے کہ اعلیٰ حضرت نے یہ کوئی بات کی ہے جہاں میں لکھا ہے اور انہوں نے جو کہ تین نمبر جلد کے اندر موجود ہے, تو اس بات کا جو آپ بالکل وہ دیں گے کہ اعلیٰ حضرت کا انہوں نے یہ پڑھا ہے کہ اعلیٰ حضرت نے اس وجہ سے لکھا ہے, اور اعلیٰ حضرت نے اگر لکھا ہے آزمائشوں کے بارے میں وہ بندے دیں گے. اب بات سنیں, اعلیٰ حضرت نے اس طرح کی بے شمار چیزیں لکھی ہیں. اعلیٰ حضرت نے مشین گن سے فائرنگ کی ہے جس میں انہوں نے بڑے لوگ شہید کیے ہیں مشین گن سے. اب میں آج صبح ہی ایک دو ویڈیوز دیکھ رہا تھا اور علماء کی رائے سن رہا تھا اعلیٰ حضرت کے بارے میں کہ اعلیٰ حضرت نے کیا کیا کن کن لوگوں کے بارے میں کیا کیا بولا ہوا ہے. تو نہ صرف یہ کچھ باتیں اہم دیا کہ لوگ اعلیٰ حضرت میں ایسے بولتے ہیں, یہ جو اہل حدیث ہیں انہوں نے تو اخیر کر دیا ہوا ہے, مطلب کہ اخیر ہی کر دی ہوئی ہے. یہ سب لوگ اعلیٰ حضرت کو بولتے رہتے ہیں, کوئی اس میں بری بات نہیں ہے. میں خود سمجھتا ہوں کہ اعلیٰ حضرت نے تجاوز کیا ہے انتہا کا, مطلب کہ جس طرح وہ اہل حدیث کو کافر سمجھتے ہیں, ان کی نماز ان کی اذان ان کا حج سب کچھ باطل سمجھتے ہیں, تو اہل حدیث بھی ایسے سمجھتے ہیں اعلیٰ حضرت کو. جماعت احمدیہ بھی اعلیٰ حضرت کے بارے میں یہ خیال رکھتی ہے. میں ذاتی طور پہ بھی سمجھتا ہوں کہ اعلیٰ حضرت نے بہت زیادتیاں کی ہیں. اچھا یہ الگ موضوع ہے, ایک الگ موضوع ہے جو آپ کہہ رہے ہیں نا باتیں. اعلیٰ حضرت کوئی نبی اور رسول نہیں ہیں, وہ ایک عالم دین ہیں اور علماء سے کئی باتیں غلط ہو جاتی ہیں. ہم ان کی ہر بات کو درست نہیں سمجھتے کہ انہوں نے دنیا میں جو بھی لفظ بولا ہے یا جو بھی لفظ کتاب میں لکھا ہے. کم از کم میں اپنے ذاتی طور پر ان کی ہر بات کو درست نہیں مانتا, لیکن جو بات جس فتاوی جات کی طرف آپ اشارہ کر رہے ہیں نا اس میں آپ کو غلطی لگ رہی ہے. تمام اہل حدیثوں کے متعلق ان کا اس طرح کا فتویٰ نہیں ہے جس طرح کا آپ کہہ رہے ہیں. ہاں کچھ لوگوں کی کتب لے کر انہوں نے ان کے اوپر باتیں کہی ہیں, وہ میرے علم میں ہیں. تکفیر چار بندوں کی ہے, وہ چاروں دیوبندی ہیں جن کی معین تکفیر انہوں نے کی ہوئی ہے, وہ میرے علم میں ہے. لیکن یہ ہمارا فی الحال موضوع نہیں ہے. جو ہمارا موضوع ہے فی الحال اس پہ بات کریں گے. وہ ان کے اوپر بات کرنی ہو تو میں نے تو کہا ہوا ہے جب آپ چاہیں آپ آ جائیں. موضوع اس سے بڑی بڑی باتیں تو بات کریں گے. میں صرف کمنٹ کرنا چاہوں گا, میں کمنٹ کرنا چاہوں گا صرف. اور آپ کا یہ حسن ظن ہے, آپ بڑے اچھے ذہن کے اور بڑے صاف ذہن کے پھر مالک ہیں اگر آپ کو پتہ نہیں ہے. اور اعلیٰ حضرت اگر عام انسان ان پہ کمنٹ ہو سکتا ہے, وہ کہ نہ نبی ہیں نہ رسول ہیں, نہ وہ ایک عالم دین ہے عام آپ کی طرح کے پیر اسکانی صاحب کی طرح کے. لیکن بریلویوں کے ہاں اعلیٰ حضرت حجت کا درجہ رکھتے ہیں. بریلویوں کے ہاں وہ بندہ بریلوی ہو ہی نہیں سکتا جو اعلیٰ حضرت کو حجت نہ سمجھے. اور بات نہ ہو بریلوی کیسے ہوگا, وہ ان کے نام سے بریلوی ہے. اچھا شور آ رہا ہے کسی کی طرف سے. تو دوسری بات یہ ہے کہ بریلویوں کے جو عقائد آپ یہ فرمانا چاہ رہے ہیں مجھے, یہ آپ کا ذاتی موقف ضرور ہے کہ چار پانچ بندوں کے لیے ان کا وہ فتویٰ ہے, یہ آپ کا ذاتی موقف ہے میں نظیر بھائی. اس پہ میں کافی دن سے بلکہ کوشش کر رہا ہوں کہ تھوڑا انفارمیشن حاصل کروں. تو دائیں بگائے میں دیکھتا ہے تمام صبح کی بات ہے, مطلب کہ بھابھیوں کے پیچھے نماز بھی ادھر خانہ کعبہ میں نہیں پڑھنی چاہیے. میں یہ موضوع ہمارا نہیں ہے, آپ درست فرما رہے ہیں آپ.
वो, लेकिन इनको बारे में बात करना और उसको फिर डिस्कस करना वो इतना गैर जरूरी बात है। मतलब उन्होंने भी कर दिया अल्लाह के बारे में, तो कौन सी बड़ी बात है? आपके उलमा ने अल्लाह को कहा कि मोछे पा देंगे, छोटे ला देंगे, दंदल पा देंगे, ठीक है। मौलाना मंजूर साहब ने कहा पूरे बरेलवियों को, ठीक है, सही बात, ऐसे ही कोई इतना जरूरी बात नहीं है। बस इतना ही है। तो वो मौलवी फरकान ने भी किस तरह का काम किया है तो ठीक है। मौलवी फरकान ने तो मासूम नबी की जात पर बहुतानात लगाए हैं ना, मसला ये है। लेकिन मैं उसका ये दो बातें मिक्स ना करें आप। उसका जवाब मैं पहले दे बैठा, दूसरी बात का मैं आपको जवाब ही दे रहा हूँ। मौलवी फरकान ने मौलवी आला हजरत रहमतुल्लाह अलैह के बारे में एक कोई कमेंट पास किया कि उन्होंने ऐसे किया है, तो ये कोई इतनी बात नहीं है। ये बेशुमार आपको बातें मिलेंगी, वीडियोस मिलेंगी आपको। मैं देखूं जरा, एक सेकंड मुझे दे, मैं आता हूं। जी जी करें जी। सब मुरब्बी फरकान कह रहे हैं तो अच्छा नहीं है, क्यों दिलदारी कर रहे हैं सरकार ईद वाले दिन? वो नहीं मौलवी हमारे पास भी मौलवी, हम कहते हैं यार नजफ भाई शेर सुनाओ, आप छोड़ो यार, ये आमिर नजीर साहब बिना ये सारा दिन ये बातें लेके बैठ आया। इरशाद सुनाओ, कुछ शेर सुनाओ, आप सुनाओ शेर सुनाओ। मैं यकीन करो कि मेरे को कोई कैलकुलेशन कलेक्शन नहीं है शायरी दी, बस वैसे ही उस दिन जो बनाया सी एक निजाम ते उस वजह तो बैठ के बड़ा साल में चंगी गल करते हैं। छोड़ो आज ईद का दिन है, आज ना थोड़ा जा हल्का लाइट रखो माहौल, कल लड़े सारे जी। राजवीर साहब पढ़िए नमाज, राजवीर जी हर मस्जिद तकरीबन चार दफा तीन दफा जमात होंगी। हाँ जी उत्थे है, सारे लोग कोशिश करते हैं कि ईद की नमाज ਤੇ ਜ਼ਰੂਰ ਪੜ੍ਹੀ ਜਾਏ ਤੇ ਅੱਜ ਸਲਵਾਰ ਕਮੀਜ਼ ਫਿਰ ਪਾਈ ਹੈ, ਗੋਸ਼ਤ ਖਾਧਾ ਜੀ ਜੀ ਸਲਵਾਰ ਕਮੀਜ਼ ਔਰ ਸਹੀ ਬਿਲਕੁਲ ਤੇ ਕੱਲ ਤੇ ਗੋਸ਼ਤ ਵੀ ਮੈਂ ਕਿਹਾ ਖਾ ਲਿਆ ਕਿ ਖਾਣਾ ਹੈ ਤੇ ਨਹੀਂ ਗੋਸ਼ਤ ਵੀ ਖਾ ਲਿਆ ਤੇ ਚਾਵਲ ਵੀ ਖਾ ਲਿਆ ਤੇ ਮਜ਼ੇ ਦੀ ਬਣਦੀ ਹੈ ਨਾ ਤੇ ਇਹ ਇਹ ਇੱਕ ਐਸੀ ਈਦ ਹੈ ਜਿਹਦੇ ਦੁਪਹਿਰ ਦੀ ਹਾਂਡੀ ਦਾ ਮਜ਼ਾ ਪੂਰੇ ਸਾਲ ਵਾਲੀ ਹਾਂਡੀ ਚ ਨਹੀਂ ਹੁੰਦਾ, ਉਹ ਭਾਵੇਂ ਤੇ ਪੂਰਾ ਸਾਲ ਪਕਾਓ ਜਿੰਨੀ ਮਰਜ਼ੀ, ਲੇਕਿਨ ਈਦ ਵਾਲੇ ਦਿਨ ਜਿਹੜੀ ਦੁਪਹਿਰ ਦੀ ਹਾਂਡੀ ਹੈ ਨਾ ਖਾਸ ਤੌਰ ਤੇ ਇਹ ਪਤਾ ਨਹੀਂ ਵੀ ਸਾਡੇ ਘਰ ਇਸ ਤਰ੍ਹਾਂ ਹੁੰਦਾ ਕਿ ਇਹ ਹਾਂਡੀ ਬੜੀ ਸਪੈਸ਼ਲ ਹੁੰਦੀ ਹੈ। ਬੜਾ ਮਜ਼ਾ ਆਉਂਦਾ ਜਿਹੜਾ ਟ੍ਰੈਡੀਸ਼ਨਲ ਹੈ ਸੁਬਾ ਜੋਲੇ ਖਾਣ ਦਾ, ਇਹ ਮੈਨੂੰ ਸਾਰੇ ਨਾਲੋਂ ਜ਼ਿਆਦਾ ਪਸੰਦ ਹੈ ਜੀ। ਜੋਲੇ ਅੱਛਾ ਜ਼ਬਰਦਸਤ ਜੀ ਜੀ ਜੋਲੇ ਇਹ ਕਿਉਂ ਹੁੰਦੇ ਨੇ ਜੋਲੇ? ਈਦ ਪੜਨ ਤੋਂ ਬਾਅਦ ਫੇਣੀਆਂ ਗਰਮ ਦੁੱਧ ਚ ਪਾ ਕੇ ਖਾਦੀਆਂ ਨਹੀਂ ਜੋਲੇ ਹੋਰ ਅਸੀਂ ਉਹਨੂੰ ਫਿਉਣੀਆਂ ਕਹਿੰਦੇ ਆ।
ਫੇਵਣੀਆਂ ਅੱਛਾ ਅੱਛਾ ਸਾਡੇ ਇਲਾਕੇ ਦੇ ਸਿਉਣੀਆਂ ਤੇ ਫੇਵਣੀਆਂ ਚੱਲਦੀਆਂ ਨਾ ਫੇਵਣੀਆਂ ਨੇ ਤੇ ਮੈਂ ਸਮਝਾ ਮੇਰੀ ਮਜ਼ਾਕ ਨਹੀਂ 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 ਅੱਛਾ ਉਹ ਨਹੀਂ ਨਹੀਂ ਇੱਕ ਸਵਈਆਂ ਨੇ ਇੱਕ ਫੇਵਣੀਆਂ ਨੇ ਫੇਵਣੀਆਂ ਥੋੜੀ ਮੋਟੀਆਂ ਹੁੰਦੀਆਂ ਨੇ ਮੋਟੀਆਂ ਓਈ 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 ਮੈਂ ਕਹਿੰਦਾ ਜੋਲੇ ਸਰ ਉਹਨਾਂ ਨੇ ਕਹਿਣਾ ਹਾਂ ਅੱਛਾ ਇਨਸ਼ਾਅੱਲਾ ਅਨਕਰੀਬ ਅਲੀਮ ਸਾਹਿਬ ਉਹਨਾਂ ਜਿਹੜਾ ਇਸਲਾਮ ਕਬੂਲ ਕਰ ਲੈਣਾ ਤੇ ਮੇਰੇ ਇਹਨਾਂ ਨਾਲ ਗਿੱਲਾ ਇਹ ਕੱਲ ਮੈਂ ਤਿੰਨ ਵਾਰੀ ਹੁਸੈਨੀ ਸਾਹਿਬ ਦੀ ਬਰਾੜ ਤੇ ਗਿਆ ਇਸ ਬੰਦੇ ਮੈਂ ਤਿੰਨ ਵਾਰੀ ਉਤਾਰਿਆ ਸਾਰੇ ਬੰਦਿਆਂ ਨੂੰ ਪਤਾ ਹੈ ਹੁਸੈਨੀ ਸਾਹਿਬ ਦੀ ਬਰਾੜ ਦੀ ਜੀ ਅਲੀਮ ਸਾਹਿਬ ਦਿਲ ਆਪ ਕਰੇ ਬਾਤ ਹਾਂ ਜੀ ਅਸੀਂ ਗੱਲ ਮਕਾਤੀ ਹੈ ਤੇ ਅੱਛੀਆਂ ਅੱਛੀਆਂ ਗੱਲਾਂ ਕਰ ਰਹੇ ਆ ਮਹਾਰਾਜ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਜੋਲੇ ਖਾਧੇ ਨੇ ਨਮਾਜ਼ ਪੜ੍ਹ ਕੇ ਆ ਗਏ ਤੇ ਬੜਾ ਮਜ਼ਾ ਆਇਆ ਅਲੀਮ ਸਾਹਿਬ ਫਿਰ ਮੈਂ ਬਿਜ਼ੀ ਹੋ ਜਾਣਾ ਤੁਸੀਂ ਗੱਲ ਕਰ ਲਓ ਜਿਹੜੀ ਕਰਦੇ ਪਏ ਸੀ ਭੱਟੀ ਸਾਹਿਬ ਭੱਟੀ ਸਾਹਿਬ ਨੇ ਸ਼ਾਇਦ ਭੱਟੀ ਸਾਹਿਬ ਨੇ ਕੋਈ ਗੱਲ ਕਰਨੀ ਤਾਂ ਕਰ ਲਓ ਬਾ ਮੇਰਾ ਇੰਨਾ ਹੀ ਮੌਕਫ ਸੀ ਅਲੀਮ ਸਾਹਿਬ ਤੇ ਭੱਟੀ ਸਾਹਿਬ ਮੇਰਾ ਇੰਨਾ ਹੀ ਮੌਕਫ ਸੀ ਇਹ ਤਿੰਨੇ ਗੱਲਾਂ ਜਿਹੜੀਆਂ ਮੈਂ ਸੁਣਾਈਆਂ ਨੇ ਇਹ ਸਾਡੇ ਲਿਟਰੇਚਰ ਦਾ ਹਿੱਸਾ ਨਹੀਂ ਲੇਕਿਨ ਉਹ ਲਿਟਰੇਚਰ ਵੱਲ ਮਨਸੂਬ ਕਰਕੇ ਮਾਸੂਮ ਨਬੀ ਦੀ ਤਰਫ ਇੰਨੇ ਵੱਡੇ ਬਹੁਤਾਨ ਲਾ ਰਿਹਾ ਇੰਨੇ ਗੰਦੇ ਬਹੁਤਾਨ ਲਗਾ ਰਿਹਾ ਕਿ ਉਹਦੀ ਸਰਕੋਬੀ ਜ਼ਰੂਰੀ ਹੈ ਇਹੋ ਜਿਹੇ ਬੰਦੇ ਦੀ ਸਰਕੋਬੀ ਉਹਦੀ ਜ਼ਰੂਰੀ ਹੈ ਜਿਹੜਾ ਬੰਦਾ ਇਸ ਹੱਦ ਤੱਕ ਗੰਦ ਪਿਆ ਉਗਲਦਾ ਹੋਵੇ ਪਾਕਿਸਤਾਨ 'ਚ ਹੋਵੇਗਾ ਤਾਂ ਉਹਦੇ 'ਤੇ 295 ਸੀ ਲੱਗੇਗੀ ਲੇਕਿਨ ਉਹ ਜਦੋਂ ਵੀ ਪਾਕਿਸਤਾਨ ਜਾਏਗਾ ਇਨਸ਼ਾਅੱਲਾ ਹਾਂਜੀ ਨਹੀਂ ਮਨਸਬਾ ਨਬੀਨ ਫਖਤੁਲੂ ਦਾ ਮਤਲਬ ਇਹ ਹੀ ਹੈ ਨਾ ਇਹ 295 ਸੀ ਉਹ ਹੀ ਹੈ ਮਨਸਬਾ ਨਬੀਨ ਫਖਤੁਲੂ ਦਾ ਮਤਲਬ 295 ਸੀ ਹੋਰ ਕੀ ਹੈ ਤੁਸੀਂ ਕੀ ਸਮਝਿਆ ਕਿ ਬਈ ਲੈ ਕੇ ਸੜਕ ਤੇ ਖਲੋ ਕੇ ਨੂੰ ਚੱਕ ਮਾਰਨਾ ਚਾਹੀਦਾ ਅਮਰੀਕਾ 295 ਸੀ ਨਹੀਂ ਅਮਰੀਕਾ ਚਲੋ ਜਿੱਥੇ ਵੀ ਰਹਿੰਦਾ ਹੈ ਇਹਦੇ ਵਾਸਤੇ ਇਹ ਚੀਜ਼ਾਂ ਜਿਹੜੀਆਂ ਨੇ ਇਹ ਗੈਰ ਜ਼ਰੂਰੀ ਨੇ 295 ਸੀ ਹੀ ਲੱਗਣੀ ਹੈ ਇਹ ਨਹੀਂ ਠੀਕ ਗੱਲ ਹੈ ਮੇਰੇ ਖਿਆਲ 'ਚ ਨਹੀਂ ਇਹਨਾਂ ਸਾਰਿਆਂ 'ਤੇ ਲੱਗਣੀ ਚਾਹੀਦੀ ਨਾ ਜਿਹੜੇ ਉਹਦੇ ਨਾਲ ਪੈਨਲ ਦੇ ਉੱਤੇ 8-9 ਬੰਦੇ ਬੈਠੇ ਹੁੰਦੇ ਨੇ ਨਾ ਇਹਨਾਂ ਸਾਰਿਆਂ 'ਤੇ ਲੱਗਣੀ ਚਾਹੀਦੀ ਹੈ ਕਿਉਂਕਿ ਇਹ ਤਾਂ ਸਾਨੂੰ ਆ ਕੇ ਕਹਿੰਦੇ ਨੇ ਉਹਦੀਆਂ ਗੱਲਾਂ ਦਾ ਜਵਾਬ ਤੋਂ ਗੱਲਾਂ ਇਹ ਨੇ ਜਿਹੜੀਆਂ ਤੁਹਾਨੂੰ ਦੱਸੀਆਂ ਨੇ ਇਹਨਾਂ ਦਾ ਜਵਾਬ ਕੀ ਦਈਏ ਦੱਸੋ ਹੁਣ ਤੁਸੀਂ ਇਹ ਸਾਰੀ ਕੰਮ ਸ਼ੁਰੂ ਹੋਇਆ ਨਾ ਮਿਰਜ਼ਾ ਸਾਹਿਬ ਤੋਂ ਮਿਰਜ਼ਾ ਸਾਹਿਬ ਉੱਥੇ ਮੌਜੂਦ ਸਨ ਪਾਕਿਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਉਸ ਟਾਈਮ ਉਹ ਮੌਜੂਦ ਸਨ ਜ਼ਿੰਦਾ ਸਨ ਹਯਾਤ ਸਨ ਉਸ ਟਾਈਮ ਐਕਸ਼ਨ ਨਹੀਂ ਲਏ ਗਏ ਤਾਂ ਹੁਣ ਕੀ ਕਿੱਥੇ ਐਕਸ਼ਨ ਲੈਣੇ 295 ਸਾਰੇ ਉਲਮਾ ਕੰਮ ਰਹੇ ਨੇ ਉਹ ਖੁਲਵਾ ਰਹੇ ਨੇ ਪਾਕਿਸਤਾਨ ਦੇ ਵਿੱਚ ਨਹੀਂ ਮਿਰਜ਼ਾ ਸਾਹਿਬ ਤੇ ਅਸੀਂ ਐਕਸ਼ਨ ਲੈਣਾ ਵੀ ਚਾਹੁੰਦੇ ਤੇ ਜਿਹੜਾ ਐਕਸ਼ਨ ਜਿਹੜਾ ਨਾ ਉਹ ਹਮੇਸ਼ਾ ਅਸਮਾਨ ਤੋਂ ਹੁੰਦਾ ਹੈ ਜ਼ਮੀਨ ਤੋਂ ਕੋਈ ਐਕਸ਼ਨ ਨਹੀਂ ਹੁੰਦਾ ਮਿਰਜ਼ਾ ਸਾਹਿਬ ਦੀ ਇਹ ਗੱਲ ਜਿਹੜੀ ਹੈ ਨਾ ਉਹ ਮੈਨੂੰ ਕੋਈ ਬੰਦਾ ਪੁੱਛੇ ਨਾ ਵੀ ਇੰਨੀਆਂ ਕਿਤਾਬਾਂ ਪੜ੍ਹੀਆਂ ਨੇ ਉਹਨਾਂ ਦੀ ਸਾਰਿਆਂ ਦੀ ਸਹੀ ਗੱਲ ਕਿਹੜੀ ਲੱਗੀ ਹੈ ਇਹ ਮੈਨੂੰ ਗੱਲ ਮਿਰਜ਼ਾ ਸਾਹਿਬ ਦੀ ਸਾਰਿਆਂ ਤੋਂ ਸਹੀ ਲੱਗੀ ਹੈ ਕਿ ਜੋ ਕੁਝ ਹੁੰਦਾ ਅਸਮਾਨ ਪਰ ਹੁੰਦਾ ਜ਼ਮੀਨ ਪਰ ਕੁਛ ਨਹੀਂ ਹੁੰਦਾ ਜੇ ਅਸਮਾਨ ਤੋਂ ਹੀ ਹੁਕਮ ਸੀ ਕਿ ਤੁਹਾਨੂੰ ਇਸ ਅਜ਼ਮਾਇਸ਼ 'ਚ ਪਾਇਆ ਜਾਏਗਾ ਇਸ ਉਮਤ ਨੂੰ ਅਜ਼ਮਾਇਆ ਜਾਏਗਾ ਅੱਗੇ ਸਵੇਰੇ ਨਾ ਉੱਥੇ 30 ਝੂਠੇ ਮਦਈਆ ਨੇ ਨਬੂਵਤ ਦੀ ਲਿਸਟ ਲੈ ਕੇ ਮੈਂ ਗਿਆ ਉਹਨਾਂ ਦੀ ਬਰਾੜ ਤੇ ਕੀ ਨਾਂ ਢਿੱਲੋਂ ਸਾਹਿਬ ਦੀ ਬਰਾੜ ਤੇ ਬਸ਼ਾਰਤ ਢਿੱਲੋਂ ਸਾਹਿਬ ਦੀ ਬਰਾੜ ਤੇ ਤੁਹਾਡੇ ਅਰਹਮ ਬਾਜਵਾ ਸਾਹਿਬ ਨੇ ਜਿਹੜੇ ਬੜੇ ਠੰਡੇ ਮਜ਼ਾਜ ਦੇ ਨੇ ਸ਼ਾਇਦ ਭੱਟੀ ਸਾਹਿਬ ਆਰ ਉਹਨਾਂ ਨੇ ਰੋਲਾ ਪਾ ਦਿੱਤਾ ਉਹਨਾਂ ਕਿਹਾ ਮੈਂ ਤੈਨੂੰ ਲਿਸਟ ਨਹੀਂ ਪੜ੍ਹਨ ਦੇਣੀ ਮੈਂ ਕਿਹਾ ਵੀ ਲਿਸਟ ਸੁਣ ਲਓ ਜਿਹੜੇ 30 ਬੰਦੇ ਜਿਨ੍ਹਾਂ ਨਬੀ ਅਲੈਹਿ ਸਲਾਤੋ ਅਸਲਾਮ ਤੋਂ ਬਾਅਦ ਨਬੂਵਤ ਦਾ ਝੂਠਾ ਦਾਅਵਾ ਕੀਤਾ ਹੈ ਸੁਣ ਤੇ ਲਓ ਉਹਨਾਂ ਦੇ ਹਵਾਲ ਵੀ ਲਿਖੇ ਨੇ ਉਹ ਵੀ ਮੈਂ ਸੁਣਾ ਦਿੰਦਾ ਕਹਿੰਦੇ ਨਹੀਂ ਅਸਾਂ ਨਹੀਂ ਸੁਣਨੀ ਹੈ ਲੇਕਿਨ ਉਹ ਸਾਰੇ ਜਿੰਨੇ ਮਦਈਆ ਨੇ ਨਬੂਵਤ ਨੇ ਤੁਸੀਂ ਉਹਨਾਂ ਦੀ ਬਾਇਓਗ੍ਰਾਫੀ ਜਾ ਕੇ ਪੜ੍ਹੋ ਨਾ ਉਹਨਾਂ ਨੂੰ ਅੱਲਾਹ ਤਾਲਾ ਨੇ ਹੋਰ ਤਰ੍ਹਾਂ ਨਾਬੂਦ ਕੀਤਾ
ਇਹ ਜਿਹੜਾ ਇੱਕ ਆਖਰੀ ਬੰਦਾ ਜਿਹੜਾ ਤੀਸਵਾਂ ਉਹ ਸਤਰੀਆਂ ਦੇ ਵਿੱਚ ਆਖਰੀ ਨੰਬਰ ਲਿਖਿਆ ਹੈ, ਇਹਨਾਂ ਦੇ ਵਾਸਤੇ ਅੱਲਾਹ ਤਾਲਾ ਨੇ ਉਮਤ ਨੂੰ ਅਜ਼ਮਾਇਸ਼ ਪਾਉਣਾ ਸੀ ਤੇ ਜ਼ਾਹਿਰ ਖਾਨ ਸਾਹਿਬ ਮੌਜੂਦ ਨੇ ਇਕੱਤਵੇਂ ਫਿਰ ਉਹਨੂੰ ਮੈਂ ਕੁਛ ਕਰਾਂਗਾ ਜਾਂ ਲਿਸਟ ਚ ਸ਼ਾਮਿਲ ਨਹੀਂ ਹੈ? ਨਹੀਂ ਤੁਸੀਂ ਗੱਲ ਸਮਝੇ ਨਹੀਂ ਹੈ, ਬੜਾ ਲੰਮਾ ਪੀਰੀਅਡ ਸੀ, ਬੜਾ ਓਹਨੇ ਆਪਣਾ ਦੁਕਾਨ ਚਲਾਈ ਰੱਖੀ ਹੈ, ਅੱਲਾਹ ਤਾਲਾ ਦਾ ਇੱਕ ਬਣਾਇਆ ਨਿਜ਼ਾਮ ਹੈ, ਜਦੋਂ ਉਹ ਵੀ ਅਜ਼ਮਾਇਸ਼ ਮੁੱਕਣ ਤੇ ਆਈ ਤੇ ਮੁੱਕ ਗਈ ਹੈ, ਇਹ ਵੀ ਇੱਕ ਅਜ਼ਮਾਇਸ਼ ਹੈ। ਅੱਲਾਹ ਤਾਲਾ ਬੰਦੇ ਨੂੰ ਟਾਈਮ ਦਿੰਦਾ, ਉਮਤ ਨੂੰ ਅਜ਼ਮਾਉਂਦਾ। ਤੁਹਾਡੇ ਰਾਬਤੇ ਚ ਨੇ, ਮੈਨੂੰ ਪਤਾ ਹੈ ਸਾਹਿਬ ਨੇ ਉਹਨਾਂ ਦੇ ਨਾਲ ਮੇਰੀ ਪ੍ਰਾਈਵੇਟ ਵੀ ਗੱਲ ਕਈ ਦਫਾ ਹੋਈ ਹੈ, ਉਹ ਵੀ ਤਕਰੀਬਨ ਉਹਨਾਂ ਦੇ ਉਹਨਾਂ ਨੇ ਦੱਸਿਆ ਮੈਨੂੰ, ਸ਼ਾਇਦ ਇਸ ਤੋਂ ਵੀ ਜ਼ਿਆਦਾ ਹੋਣਗੇ, ਕਰੀਬਨ ਸਲਾਸੀਨ, ਸਮਝ ਗਏ, 30 ਦੇ ਕਰੀਬ ਵੱਡੇ ਵੱਡੇ ਕਜ਼ਾਬ ਦਜਾਲ। ਇਹ ਜਿਹੜਾ ਨਾ ਜ਼ਾਹਿਦ, ਇਹਨੂੰ ਤੇ ਪੀਰ ਅਸਕਾਨੀ ਭਾਈ ਨੇ ਟਕਲੂ, ਇਹ ਤੇ ਟਕਲੂ ਨਾਂ ਰੱਖਿਆ ਦਾ, ਇਹ ਕਜ਼ਾਬ ਦਾ ਜਾਲ ਨਹੀਂ ਹੈ, ਇਹ ਟਕਲੂ ਹੈ। ਟਕਲੂ ਇਹ ਵੱਡੇ ਵੱਡੇ ਦਾ ਲਫ਼ਜ਼ ਹੀ ਆ ਉਸ ਵਿੱਚ ਉੱਤੇ। ਹਾਂ, ਕਜ਼ਾਬ ਦਾ ਜਾਲ ਦਾ ਹੀ ਮਤਲਬ ਹੁੰਦਾ ਨਹੀਂ ਹੈ ਨਾ? ਨਹੀਂ, ਗੱਲ ਸੁਣੋ, ਇਹ ਨਹੀਂ ਕਿਤੇ ਲਿਖਿਆ ਕਿ ਉਹ ਕਿਹੜਾ ਲੈਵਲ ਉਹਨਾਂ ਦਾ ਹੋਏਗਾ, ਬਾਕੀ 29 ਵੀ ਵੱਡੇ ਵੱਡੇ ਸਨ, ਕਿੱਡੇ ਵੱਡੇ ਸਨ, ਇਹ ਨਹੀਂ ਹੈਗਾ। ਕਜ਼ਾਬ ਦਾ ਪਤਾ ਕੀ ਮੈਨਾਂ ਹੁੰਦਾ? ਮੈਨੂੰ ਪਤਾ ਹੈ, ਵੱਡਾ ਝੂਠਾ ਹੁੰਦਾ ਉਹਦਾ ਮਤਲਬ। ਹਾਂ, ਝੂਠਾ ਨਹੀਂ, ਜ਼ਿਆਦਾ ਝੂਠ ਬੋਲੇ, ਉਹ ਘੱਟ ਵੱਡੇ ਝੂਠ ਬੋਲਦਾ ਮਤਲਬ। ਇਹ ਜਿਹੜਾ ਜ਼ਾਹਿਦ ਸਾਹਿਬ ਨੇ, ਇਹ ਛੋਟੇ, ਇਹ ਕਾਜ਼ਬ ਨੇ, ਖਾਲੀ ਇਹ ਕਜ਼ਾਬ ਨੇ, ਟਕਲੂ ਰੱਖਿਆ ਸੀ ਵਟਸਐਪ ਦੇ ਗਰੁੱਪਾਂ ਚ। ਹਾਂਜੀ, ਲੇਕਿਨ ਉਹਨਾਂ ਦੇ ਜਿਹੜੇ ਝੂਠ ਨੇ ਉਹ ਵੱਡੇ ਨੇ ਤੇ ਉਹ ਕਜ਼ਾਬ ਹੀ ਬਣਦੇ ਨੇ। ਮੈਨੂੰ ਨੀ ਪਤਾ ਤੁਸੀਂ ਉਹਨਾਂ ਨੂੰ ਕਿਉਂ ਕਾਜ਼ਬ ਸਮਝਦੇ ਹੋ। ਕਜ਼ਾਬ ਨੂੰ ਚਲੋ, ਖੈਰ ਇਹ ਤੇ ਸਾਡਾ ਇੱਕ ਆਪਣਾ, ਜਿਹੜੀਆਂ ਇਸਤਲਾਹਾਤ ਨੇ ਤੁਹਾਡੇ ਨਾਲ, ਹਾਂਜੀ ਕੁਛ ਸਿੱਖਣਾ ਵੀ ਹੈ ਤੁਹਾਡੇ ਕੋਲੋਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਨਾਲ ਕ੍ਰੋਸ ਟਾਕ 'ਚ ਨਾ ਜਾਇਆ ਜਾਏ, ਸਾਨੂੰ ਕੁਛ ਸਿਖਾਇਆ ਕਰੋ, ਅਤੇ ਖਾਸ ਤੌਰ 'ਤੇ ਅੱਜ ਦੇ ਦਿਨ ਕੋਈ ਅੱਛੀਆਂ ਜਿਹੀਆਂ ਗੱਲਾਂ ਦੱਸੋ, ਕੋਈ ਸੇਵੀਆਂ ਸੁਵੀਆਂ ਸੁਣਾਓ ਸਾਨੂੰ, ਖਾਣਾ ਸ਼ਾਣਾ ਕੀ ਖਾਧਾ, ਗੋਸ਼ ਖਾਧਾ, ਤੁਸੀਂ ਤਾਂ ਮੀਟ ਬਹੁਤ ਖਾਂਦੇ ਹੋ। ਨਹੀਂ, ਅਸੀਂ ਤੇ ਪੂਰੇ ਹਫ਼ਤੇ ਦੇ ਹਾਲਤ ਗਮ 'ਚ ਹਾਂ, ਜਦੋਂ ਮਾਸੂਮ ਨਬੀ ਦੇ ਉੱਤੇ ਐਡੇ ਐਡੇ ਵੱਡੇ ਬਹੁਤਾਨਾਤ, ਐਡੀਆਂ ਐਡੀਆਂ ਵੱਡੀਆਂ ਗਾਲਾਂ ਸੁਣੀਆਂ ਨੇ, ਅਤੇ ਮੈਂ ਹਲਫਨ ਪਿਆ ਕਹਿੰਦਾ ਕਿ ਮੇਰਾ ਮੁੰਡਾ ਰਾਤੀ ਮੂੰਹ ਬਣਾ ਕੇ ਜਾ ਕੇ ਆਪਣੇ ਕਮਰੇ 'ਚ ਬਹਿ ਗਿਆ, ਉਹਨੇ ਕਿਹਾ ਸਾਰੀ ਦੁਨੀਆ ਈਦ ਵੀ ਮਨਾਉਂਦੀ ਹੈ, ਸਾਡੇ ਵਾਸਤੇ ਹੁਕਮ ਹੈ ਵੀ ਸਾਦਗੀ ਨਾਲ ਈਦ ਮਨਾਉਣੀ ਹੈ। ਮੈਂ ਕਿਹਾ ਪੁੱਤਰ, ਸਾਦਗੀ ਨਾਲ ਈਦ ਮਨਾਉਣੀ ਹੈ, ਅਸੀਂ ਹਾਲਤ ਗਮ 'ਚ ਹਾਂ, ਸਾਡੇ ਨਬੀ ਦੇ ਉੱਤੇ ਬਹੁਤ ਵੱਡੇ ਵੱਡੇ ਬਹੁਤਾਨ ਮਿਰਜ਼ਾਈ ਪੇ ਬੰਦੇ ਨੇ,
ਟਿਕਟੌਕ ਦੇ ਉੱਤੇ ਨੰਗੀਆਂ ਗਾਲਾਂ ਪੇ ਕੱਢਦੇ ਨੇ ਮਾਸੂਮ ਨਬੀ ਨੂੰ, ਤੇ ਸਾਦਗੀ ਨਾਲ ਅਸੀਂ ਤੇ ਮਨਾਉਂਦੇ ਹਾਂ, ਅਸੀਂ ਤੇ ਕੋਈ ਸੇਵੀਆਂ ਮਿਹਨਤ ਹੀ ਘਰ ਜਾ ਕੇ ਖਾਣੀਆਂ ਨਸੀਬ ਨਹੀਂ ਹੋਇਆ, ਬਸ ਚੱਲੇ ਆ ਥੋੜ੍ਹੀ ਦੇਰ ਨੂੰ ਜੋ ਕੋਈ ਪੱਕਿਆ ਹੋਵੇ ਤਾਂ। ਲੇਕਿਨ ਮੈਂ ਤੁਹਾਨੂੰ ਇਹ ਦੱਸ ਦਿੰਦਾ ਵਾ, ਜਿੰਨਾ ਇਹ ਹੁਣ ਗੁਸਤਾਖੀਆਂ ਹੋਈਆਂ ਨਾ, ਮੈਂ ਉਦਣ ਵੀ ਆਇਆ ਕਿ ਮਤਲਬ ਕਹਿ ਸਕਦਾ ਤੁਹਾਨੂੰ ਗੱਲ ਕੀਤੀ ਸੀ, ਯਕੀਨ ਕਰੋ ਮੈਂ ਗਵਾਹੀ ਦੇਣ ਨੂੰ ਤਿਆਰ ਜੇ ਤੁਹਾਨੂੰ ਲੱਗਦਾ ਹੈ ਕਿ ਇਹ ਅੱਜ ਜਿਹੜਾ ਕੰਮ ਹੋਇਆ ਜਾਂ ਕੱਲ੍ਹ ਹੋਇਆ, ਇਹ ਇਸ ਤੋਂ ਪਹਿਲਾਂ ਏਡਾ ਵੱਡਾ ਕੰਮ ਨਹੀਂ ਹੋਇਆ, ਹੋਇਆ ਸੀ 2 ਮਹੀਨੇ ਪਹਿਲਾਂ ਵੀ, 3 ਮਹੀਨੇ ਪਹਿਲਾਂ ਵੀ, ਤੇ ਛੱਡੋ ਏਡੀ ਟੈਨਸ਼ਨ ਨਾ ਲਓ, ਬਾਕੀ ਗੱਲ ਨਹੀਂ ਉਹ ਪਤਾ ਜੇ ਲੀਮ ਸਾਹਿਬ ਇੱਕ ਬੰਦੇ ਨੂੰ ਨਾ ਬ੍ਰੈਸਟ ਮਾਰਨ ਲੱਗਾ ਮੁਖਾਲਫ ਉਹਦਾ ਆ ਗਿਆ ਸਾਹਮਣੇ, ਉਹਨੇ ਆਖਿਆ ਮੈਨੂੰ ਨਾ ਮਾਰੀ, ਉਹਨੇ ਆਖਿਆ ਕਿਉਂ, ਉਹਨੇ ਆਖਿਆ ਕਿਆਮਤ ਆ ਜਾਣੀ ਆ, ਉਹਨੇ ਆਖਿਆ ਵੀ ਤੇਰੇ ਮਰਨ ਨਾਲ ਕਿਆਮਤ ਆ ਜਾਣੀ, ਨਹੀਂ ਮੇਰੇ ਵਾਸਤੇ ਤਾਂ ਕਿਆਮਤ ਹੀ ਆ ਜਾਣੀ ਹੈ ਨਾ ਹਲੀਮ ਸਾਹਿਬ, ਸਾਡੇ ਵਾਸਤੇ ਤਾਂ ਇਹੀ ਕਿਆਮਤ ਹੈ ਨਾ, ਅਸੀਂ ਤੇ ਐਡੀਆਂ ਵੱਡੀਆਂ ਗੁਸਤਾਖੀਆਂ, ਐਡੀ ਵੱਡੀ ਸ਼ਾਤਮੀਅਤ ਪਹਿਲਾਂ ਨਹੀਂ ਦੇਖੀ ਹੈ, ਸਾਡੇ ਵਾਸਤੇ ਤਾਂ ਇਹੀ ਕਿਆਮਤ ਹੈ, ਵੇਖੀ ਹੈ ਲੇਕਿਨ ਉਹਦਾ ਇਲਮੀ ਜਵਾਬ ਦਿਓ, ਇਲਮੀ ਤੂੰ ਕਰੋ। ਹਾਂਜੀ ਅਸੀਂ ਇਲਮੀ ਤੌਰ ਤੇ ਜ਼ਬਤ ਰੱਖੇ ਆ ਸਰ, ਜ਼ਬਤ ਰੱਖੇ ਆ, ਇਲਮੀ ਤੌਰ ਤੇ ਪੇ ਕਹਿੰਦੇ ਆ ਕਿ ਇਹ ਤਰੇਵੇ ਬਹੁਤਾਨਾਤ ਨੇ, ਤਰੇਵੇ ਗੱਲਾਂ ਉਸ ਬੰਦੇ ਨੇ ਕੋਲੋਂ ਕੱਢ ਕੇ ਮਾਸੂਮ ਨੂੰ ਗਾਲਾਂ ਕੱਢੀਆਂ ਨੇ, ਇਹ ਤਰੇਵੇ ਗੱਲਾਂ ਉਹ ਨਹੀਂ ਦਿਖਾ ਸਕਦਾ। ਨਿਸਾ ਦਾ ਮੈਂ ਨਾ ਬੀਵੀਆਂ ਏ ਉੱਥੇ ਜਿੱਥੇ ਉਹ ਪੈ ਕਹਿੰਦਾ ਕਿ ਬਾਜ਼ਾਰ ਦੀਆਂ ਔਰਤਾਂ, ਮਾਜ਼ ਅੱਲਾ ਨਬੀ ਅਲੈਹਿ ਸਲਾਤੁ ਵਸਲਾਮ ਦੇ ਬਾਰੇ ਉਮਲ ਮੋਮਿਨੀਨ ਆਇਸ਼ਾ ਸਦੀਕਾ ਰਜ਼ੀ ਅੱਲਾਹ ਤਾਲਾ ਅਨਹਾ ਦੀ ਹਦੀਸ ਹੈ, ਸਹੀ ਹਦੀਸ ਹੈ, ਉਹਨਾਂ ਤੋਂ ਵੱਧ ਕੇ ਕਿਸੇ ਨੂੰ ਤੁਹਾਡੇ ਵਿੱਚੋਂ ਆਪਣੀ ਖਾਹਿਸ਼ 'ਤੇ ਜ਼ਬਤ ਨਹੀਂ ਹੋ ਸਕਦਾ। ਲਿਹਾਜ਼ਾ ਉਹ ਵੀ ਗੱਲ ਜਿਹੜੀ ਉਹਨੇ ਕੀਤੀ ਹੈ ਕੋਲੋਂ ਕੀਤੀ, ਕਿਸੇ ਬਾਬੇ ਨੇ ਗੱਲ ਨਹੀਂ ਲਿਖੀ ਕਿ ਉਹ ਐਜ਼ ਵਿੱਚ ਵੀ ਕੰਟਰੋਲ ਨਹੀਂ ਸੀ ਕਰ ਸਕਦੇ, ਮਾਜ਼ ਅੱਲਾਹ ਅਸਤਗਫਿਰ ਅੱਲਾਹ, ਕੋਲੋਂ ਗਾਲ ਕੱਢੀ ਮਾਸੂਮ ਨਬੀ ਨੂੰ, ਜਿਹੜੀ ਅੱਲਾ ਹਜ਼ਰਤ ਦਾ ਨਾਂ ਲੈ ਕੇ ਗਾਲ ਕੱਢੀ ਉਹ ਵੀ ਕੋਲੋਂ ਕੱਢੀ, ਅੱਲਾ ਹਜ਼ਰਤ ਦੀ ਕਿਤਾਬ 'ਚੋਂ ਗੱਲ ਲਿਖੀ ਨਹੀਂ, ਉਹ ਤਾਂ ਅੱਲਾ ਤਾਲਾ ਦੇ ਬਾਰੇ ਉਹਨਾਂ ਦੀਆਂ ਗੱਲਾਂ ਲਿਖੀਆਂ ਨੇ। ਤੋ ਸਾਰੀਆਂ ਗੱਲਾਂ ਜਿਹੜੀਆਂ ਨੇ ਇਲਮੀ ਤੌਰ 'ਤੇ ਵੀ ਦੱਸਣੇ ਆ ਕਿ ਜਿਹੜੀ ਹੈ ਨਾ ਇੰਟੈਲੈਕਚੁਅਲ ਡਿਬੇਟ ਦੇ ਜ਼ਰੀਏ ਪੇ ਦੱਸਣੇ ਆ ਕਿ ਤੁਸੀਂ ਸਾਡੇ ਮਾਸੂਮ ਨਬੀ ਦੇ ਉੱਤੇ ਬਹੁਤਾਨ ਪੇ ਬੰਨਦੇ ਹੋ, ਗਾਲਾਂ ਪੇ ਕੱਢਦੇ ਹੋ, ਗੱਲਾਂ ਉੱਥੇ ਨਹੀਂ ਲਿਖੀਆਂ, ਗਾਲਾਂ ਨਾ ਕੱਢੋ। ਐਗਜ਼ੈਕਟਲੀ, ਬਸ ਇਹ ਗੱਲਾਂ ਜਿਹੜੀਆਂ ਨੇ ਇਹ ਬਿਲਕੁਲ ਕਰੋ, ਇਹ ਇੰਟੈਲੈਕਚੁਅਲ ਡਿਬੇਟ ਔਰ ਇਲਮੀ ਡਿਬੇਟ ਕਰੋ, ਬਾਕੀ ਇਹ ਚੀਜ਼ ਬਣਾਓ, ਇਹ ਕੰਮ ਚੱਲਦਾ ਰਿਹਾ ਹੈ ਔਰ ਚੱਲਦਾ ਹੀ ਰਹਿਣਾ ਹੈ, ਇਖਲਾਫ ਉਹਨਾਂ ਨੂੰ ਵੀ ਤੁਹਾਡੇ 'ਤੇ, ਤੁਹਾਨੂੰ ਵੀ ਉਹਦੇ ਉੱਤੇ। ਲੇਕਿਨ ਮੈਂ ਬਹਰ ਆਪਣੀ ਗੱਲ ਬਾਰ ਬਾਰ ਕਰਾਂਗਾ, ਥੱਲੇ ਐਕਟਿਵ ਮਿਨਿਸਟਰ ਸਾਹਿਬ ਵੀ ਕਹਿ ਰਹੇ ਨੇ, ਐਕਟਿਵ ਮਿਨਿਸਟਰ, ਕਿ ਮੇਰਾ ਮਸ਼ਵਰਾ ਸੁਣ ਲਓ, ਮਸ਼ਵਰਾ ਮੇਰਾ ਇਹੀ ਹੈ, ਯਕੀਨ ਕਰੋ ਮੈਂ ਖੁਦ ਗਵਾਹ ਵਾਂ, ਇਸ ਤੋਂ ਜ਼ਿਆਦਾ ਗੁਸਤਾਖੀ ਦਾ ਸ਼ੋਰ ਮੈਂ ਸੁਣਿਆ ਪਹਿਲੇ, ਮੈਂ ਬਿਲਕੁਲ ਸੁਣਿਆ, ਔਰ ਮੈਨੂੰ ਪਤਾ, ਮੈਨੂੰ ਤੁਸੀਂ ਇਹ ਦੱਸਿਆ ਗਿਆ ਸਾਰਿਆਂ ਨੇ ਕਿ ਜਿਹੜਾ ਅੱਜ ਕੰਮ ਹੋ ਗਿਆ ਨਾ ਪਹਿਲਾਂ ਕਦੀ ਹੋਇਆ ਤਾਂ ਨਾ ਕਦੀ ਹੋਇਆ, ਲੇਕਿਨ ਉਹ ਵਕਤ ਗੁਜ਼ਰ ਗਿਆ, ਫਿਰ ਇਲਮੀ ਤੌਰ 'ਤੇ ਕਿਸੇ ਦਾ ਆਮਣਾ ਸਾਹਮਣਾ ਕਰਨਾ ਪਿਆ ਅਤੇ ਇਲਮੀ ਮੈਦਾਨ 'ਚ ਕਿਸੇ ਨੂੰ ਪਛਾੜਿਆ, ਇਹ ਚੀਜ਼ ਠੀਕ ਹੈ। ਅਤੇ ਜ਼ਿੰਦਗੀ ਰੁਕਦੀ ਨਹੀਂ ਅਤੇ ਨਾ ਹੀ ਇਲਮ ਰੁਕਦਾ, ਅਤੇ ਨਾ ਹੀ ਬਹਿਸ ਰੁਕਦੀ, ਅਤੇ ਨਾ ਹੀ ਰੁਕਣੀ ਹੈ। ਅਗਰ ਤੁਸੀਂ ਇਹ ਸਮਝ ਰਹੇ ਹੋ ਨਾ ਕਿ ਇਹ ਇਸ ਤਰ੍ਹਾਂ ਅਗਰ ਕੋਈ ਕਿਸੇ ਨੇ ਗੁਸਤਾਖੀ ਕੀਤੀ ਹੈ ਤੁਹਾਡੇ ਮੁਤਾਬਕ ਤੁਹਾਨੂੰ ਲੱਗਦਾ, ਔਰ ਤੁਸੀਂ ਉਹਦਾ ਕੋਈ ਉਹਦੀ ਸਰਕੂਬੀ ਜਿਹੜੀ ਹੈ ਉਹ ਕਰ ਲੈਣੀ ਹੈ, ਹੋਣੀ ਹੈ, ਨਹੀਂ ਇਹ ਗੱਲ ਗਲਤ ਹੈ, ਇਹ ਕੁਛ ਵੀ ਨਹੀਂ ਹੋਣਾ, ਇਹ ਕੁਛ ਦਿਨਾਂ ਦੇ ਬਾਅਦ ਭੁੱਲ ਜਾਣਾ। ਬਲਕਿ ਤੁਹਾਨੂੰ ਅਮਰਜੀਤ ਸਿੰਘ ਮੇਰਾ ਇੱਕ ਮਸ਼ਵਰਾ ਯਾਦ ਆ ਰਿਹਾ ਹੋਣਾ, ਉਹ ਸਿੱਖ ਵਾਲੀ ਬਰੋਡ 'ਤੇ ਮੇਰਾ ਕੀ ਮਸ਼ਵਰਾ ਸੀ, ਮੇਰਾ ਕੀ ਮੌਕਫ ਸੀ, ਮੈਂ ਐਗਜੈਕਟਲੀ ਕਹਿ ਰਿਹਾ ਛੱਡ ਦਿਓ ਉਹ ਐਪੀਸੋਡ ਖਤਮ ਹੋ ਜਾਏਗਾ, ਉਹ ਜਿਸ ਦਿਨ ਤੁਸੀਂ ਛੱਡਿਆ ਕਿੱਥੇ ਗਏ ਸਿੱਖ ਖਤਮ, ਉਸ ਟਾਈਮ ਤੁਹਾਨੂੰ ਲੱਗ ਰਿਹਾ ਸੀ ਕਿ ਪਤਾ ਨਹੀਂ ਹੈ ਕੀ ਹੋ ਗਿਆ, ਤਾਂ ਜਾ ਕੇ ਮੈਂ ਇਹਨਾਂ ਦੇ ਨਾਲ ਲੜੇ ਜਾ ਕੇ 4-5 ਦਿਨ ਉੱਤੇ ਮਹਿਫਲਾਂ ਲੱਗੀਆਂ, ਹੋਰ ਮਜ਼ੀਦ ਗੁਸਤਾਖੀ ਹੋਈ, ਮਜ਼ੀਦ ਗੁਸਤਾਖੀ ਨਾ ਹੁੰਦੀ, ਮੈਂ ਉਸ ਟਾਈਮ ਤੁਹਾਨੂੰ ਆ ਕੇ ਅਰਜ਼ ਕੀਤੀ ਸੀ ਸਿਰਫ ਇਗਨੋਰ, ਖਤਮ ਹੋ ਜਾਏਗੀ ਗੱਲ। ਜੀ ਅਮਰ ਭਾਈ, ਹੋਰ ਕਿਸ ਨਾਲ ਨਹੀਂ ਕਰਦਾ, ਮੈਂ ਤੁਹਾਨੂੰ ਕਰ ਲੈਣਾ ਤੇ ਗੁੱਸਾ ਨਾ ਕਰੋ ਮੇਰੀ ਗੱਲ ਦਾ, ਤੁਹਾਨੂੰ ਪਤਾ ਮੈਂ ਨਹੀਂ ਕਰਦਾ, ਮੈਂ ਤੁਹਾਡੇ ਨਾਲ ਜਾਣਬੁੱਝ ਕੇ ਕਰ ਲੈਣਾ ਕਈ ਦਫ਼ਾ, ਮੈਨੂੰ ਪਤਾ ਹੁੰਦਾ, ਮਾਣ ਹੁੰਦਾ ਕਿ ਚਲੋ ਕੋਈ ਇਸ ਤਰ੍ਹਾਂ ਦੀ ਮੇਰੇ ਵਾਪਸ ਅਟੈਕ ਨਹੀਂ ਕਰੋਗੇ। ਜੀ ਸਰ, ਤੁਹਾਡੀ ਇਸ ਗੱਲ ਨਾਲ ਸਭ ਦੇ ਸਾਹਮਣੇ ਐਗਰੀ ਕਰਨੇ ਆ ਕਿ ਜਦੋਂ
ਸ਼ਾਤਮੀਅਤ ਹੋਣ ਲੱਗੀ ਹੋਵੇ ਉੱਥੇ ਜਾ ਕੇ ਅੱਗੋਂ ਤੁਸੀਂ ਕਾਊਂਟਰ ਕਰਨਾ ਸ਼ੁਰੂ ਕਰ ਦਿਓ, ਉਹਨੂੰ ਹੋਰ ਹਾਈਪ ਮਿਲੇਗੀ। ਤੁਸੀਂ ਪਿੱਛੇ ਬਹਿ ਕੇ ਦੇਖ ਲਓ, ਨੋਟ ਕਰ ਲਓ, ਅਤੇ ਸਾਡੇ ਵੱਡੇ ਵਡੇਰੇ ਵੀ ਕਹਿੰਦੇ ਨੇ ਪੁੱਤਰ ਵੱਤਰ ਆਈ ਵਾਜਦੀ ਹੈ, ਸੁੱਕੀ ਨਹੀਂ ਵਾਜਦੀ, ਵੱਤਰ ਆਈ ਵਾਜਦੀ ਹੈ। ਇਹ ਕਿਹੜੇ ਵੱਤਰ ਆਈ ਤਾਂ ਇਨਸ਼ਾਲਾ ਫਿਰ ਵਗੇਦੀ, ਫਿਰ ਪਤਾ ਬਿਲਕੁਲ ਇਹੋ ਹੀ ਹੈ ਬਸ, ਕਿ ਹੋਰ ਕੋਈ ਨਹੀਂ। ਅਤੇ ਇਹ ਇਹਦੇ ਵਿੱਚੋਂ ਇਹ ਸਰਕੂਬੀ ਵਾਲਾ ਐਲੀਮੈਂਟ ਹੈ ਕਿ ਕੋਈ ਫੈਸਲਾ ਕੁਨ ਕੋਈ ਵਾਰ ਹੋਣਾ ਇੱਥੇ, ਜਾਂ ਕੱਲ੍ਹ ਪਰਸੋਂ ਕੋਈ ਐਸੀ ਜੰਗ ਹੋਣੀ ਹੈ ਕਿ ਸਾਰਿਆਂ ਨੇ ਇੱਕ ਇਸ਼ੂ 'ਤੇ ਇਕੱਠੇ ਹੋਣਾ ਇੱਕ ਪੁਆਇੰਟ 'ਤੇ, ਇਹ ਕੋਈ ਨਹੀਂ ਜਿਹਾ, ਇਹ ਕੋਈ ਨਹੀਂ ਹੋਣਾ। ਅਮਰ ਭਾਈ ਚੁੱਪੀ ਜੇ ਰਿਸਕ ਕਰ ਸਕਦਾ ਨੀਮ ਸਾਹਿਬ ਨਾਲ ਤੁਹਾਡੇ ਸਾਹਮਣੇ? ਜੀ ਕਰੋ ਕਰੋ ਕਰੋ, ਮੈਂ ਬਿਜ਼ੀ ਹੋਣ ਲੱਗਾ। ਅਗਰ ਨੀਮ ਸਾਹਿਬ ਗਰਾਊਂਡ ਰਿਐਲਿਟੀ 'ਤੇ ਤੁਸੀਂ ਮਾਸ਼ਾਅੱਲਾ ਸੈਂਸੀਬਲ ਬੰਦੇ ਹੋ, ਜਿਸ ਤਰ੍ਹਾਂ ਅਸੀਂ ਸਮਝ ਰਹੇ ਹਾਂ, ਜਿਸ ਤਰ੍ਹਾਂ ਅਸੀਂ ਇਸ ਚੀਜ਼ ਨੂੰ ਲੈ ਰਹੇ ਹਾਂ, ਅਗਰ ਇਹ ਗਰਾਊਂਡ ਰਿਐਲਿਟੀ 'ਤੇ ਇਹਦਾ ਕੀ ਇਫੈਕਟ ਆਏਗਾ? ਬੇਕਸੂਰ ਲੋਕ ਜਿਨ੍ਹਾਂ ਨੂੰ ਇਲਮ ਨਹੀਂ ਹੈ, ਅਜਿਹੋ ਜਿਹੀਆਂ ਫੁਰਕਾਨ ਹਰਕਤਾਂ ਕਰ ਰਿਹਾ, ਬੇਕਸੂਰ ਲੋਕ ਜਿਨ੍ਹਾਂ ਦਾ ਕੋਈ ਕਸੂਰ ਹੀ ਨਹੀਂ ਹੈ, ਉਹ ਇਸ ਦੇ ਵਿੱਚ ਫਸ ਜਾਣਗੀਆਂ। ਇਹਨਾਂ ਉਹਨਾਂ ਦਾ ਨਾਲ ਕੋਈ ਅਜਨਬੀ ਹੋਵੇ, ਜਿਹਨਾਂ ਈਵਨ ਕਿ ਹੈ ਤਾਂ ਇਨਸਾਨ ਹੀ ਨੇ, ਨਜ਼ਰੀਆ ਚਲੋ ਮੁਖਤਲਿਫ ਨੇ। ਅੱਛਾ, ਮੇਰੇ ਖਿਆਲ ਦੇ ਵਿੱਚ ਨਾ ਇਹਦਾ ਮੈਂ ਤੁਹਾਨੂੰ ਜੀ ਜੀ ਮੈਂ ਤੁਹਾਨੂੰ ਜਵਾਬ ਦੇਣਾ, ਇਹਦਾ ਜਵਾਬ ਇਹ ਹੈ ਕਿ ਇਹ ਦੁਨੀਆ ਸਿਰਫ ਟਿਕਟੋਕ ਨਹੀਂ ਹੈ। ਅਗਰ ਸਮਝ ਲਓ ਕਿ ਸਿਰਫ ਟਿਕਟੋਕ ਦੁਨੀਆ, ਜੋ ਜੋ ਕੁਛ ਇੱਥੋਂ ਸੁੱਟਦੇ ਹੋ ਇਹੋ ਹੀ ਦੁਨੀਆ ਹੈ, ਇਹ ਨਹੀਂ, ਦੁਨੀਆ ਬੜੀ ਵੱਡੀ ਹੈ, ਹੋਰ ਵੀ ਬੜੇ ਮੀਡੀਅਮ ਨੇ ਇਨਫੋਰਮੇਸ਼ਨ ਦੇ ਜਿੱਥੇ ਲੋਕੀ ਗੱਲਾਂ ਕਰਦੇ ਨੇ, ਫਿਰ ਇਹ ਜਿਹੜੇ ਇਕੱਠ ਹੁੰਦੇ ਨੇ ਉਹਦੇ ਵਿੱਚ ਵੀ ਲੋਕੀ ਜਲਸਿਆਂ ਜਲੂਸਾਂ 'ਚ ਵੀ ਗੱਲਾਂ ਕਰਦੇ ਨੇ, ਇਹ ਜਿਹੜੀ ਕੋਈ ਨਵੀਂ ਗੱਲ ਕੋਈ ਨਹੀਂ ਹੈ। ਕਿਸੇ ਨੇ ਕਿਸੇ ਦੇ ਗੁਸਤਾਖੀ ਦਾ ਇਲਜ਼ਾਮ ਲਾਇਆ ਤੇ ਅੱਗੋਂ ਇਹਦੇ ਕੀ ਹੋਣਗੇ ਅਸਰਾਤ ਕੀ ਹੋਣਗੇ, ਇਹ ਤੁਹਾਡਾ ਜ਼ਰੂਰ ਮੌਕਫ ਹੋ ਸਕਦਾ ਨਜ਼ਫ ਸਾਹਿਬ, ਲੇਕਿਨ ਮੈਂ ਇਹ ਗੱਲ ਖੁਦ ਹੀ ਸਮਝਣਾ ਵਾ, ਮੈਨੂੰ ਇਹ ਇਸ ਤਰ੍ਹਾਂ ਲੱਗਦਾ, ਨਲਾਇਕ ਆਦਮੀ ਆ, ਲੇਕਿਨ ਮੈਨੂੰ ਇਹ ਪਤਾ ਕਿ ਇਹ ਬਹੁਤ ਸੈਂਸਿਬਲ ਹੋ, ਗੱਲ ਅੱਛੀ ਕਰਦੇ, ਤੁਹਾਡੇ ਉੱਤੇ ਵੀ ਉਹ ਇਸ ਤਰ੍ਹਾਂ ਹੀ ਇਲਜ਼ਾਮ ਲੱਗਦੇ ਨੇ ਨਾ, ਚਾਹੇ ਜਮਾਤ ਅਹਿਮਦੀਆ ਵੱਲੋਂ ਲੱਗਣ, ਨਾ ਝੂਠੇ ਲੱਗਣ ਸੱਚੇ ਲੱਗਣ, ਤੁਸੀਂ ਝੂਠੇ ਲਾਓ ਸੱਚੇ ਲਾਓ, ਡਜ਼ ਨਾਟ ਮੈਟਰ, ਲੇਕਿਨ ਕੋਈ ਹੋਰ ਬੰਦੇ ਜਿਹੜੇ ਨੇ ਫਿਰਕੇ ਕੁਛ ਐਸੇ ਅਗਰੈਸਿਵ ਐਲੀਮੈਂਟਸ ਮੌਜੂਦ ਨੇ ਜਿਹੜੇ ਬਕਾਇਦਾ ਤੁਹਾਡੇ ਉੱਤੇ ਵੀ ਇਹੋ ਇਲਜ਼ਾਮ ਲਾਉਂਦੇ ਨੇ, ਹੁਣ ਦੱਸੋਗੇ ਇਹਦਾ ਕੀ ਅਸਰ ਹੋਏਗਾ? ਮੈਂ ਤੁਹਾਡੇ ਕੋਲ ਵਾਪਸ ਸਵਾਲ ਕਰਾਂ, ਇਹਦਾ ਕੁਛ ਅਸਰ ਨਹੀਂ ਹੋਏਗਾ, ਬਹੁਤ ਜ਼ਿਆਦਾ ਲੋਕਾਂ ਨੇ ਜਾਨਾਂ ਵੀ ਦਿੱਤੀਆਂ ਨੇ। ਠੀਕ ਹੈ, ਮੈਂ ਇਹ ਚੀਜ਼ ਤੁਹਾਡੇ ਨਾਲ ਅਰਜ਼ ਕਰ ਰਿਹਾ ਸਰ, ਜੇ ਇਹ ਦੁਨੀਆ ਪੂਰੀ ਟਿਕਟੋਕ ਨਹੀਂ ਹੈ ਨਾ, ਲੇਕਿਨ ਇਹ ਦੁਨੀਆ ਦੇ ਵਿੱਚ ਤੇ ਹੈ ਨਾ, ਜਿਹੜੇ ਉਹ ਵਜ੍ਹਾ ਵਜੂਹਾਤ ਬਣੀ ਜਾਨਾਂ ਦੇਣ ਦੀਆਂ, ਤੁਹਾਡਾ ਮੇਰਾ ਇਖਤਿਆਰ ਹੈ ਹੀ ਨੀ, ਅਸੀਂ ਇਸ ਕਾਬਿਲ ਹੀ ਨੀ ਹੈ ਕਿ ਅਸੀਂ ਰੋਕ ਸਕੀਏ ਜਾਂ ਲੋਕਾਂ ਨੂੰ ਦੱਸ ਗਾ, ਆਵਾਜ਼ ਆਪਣੀ ਉਠਾ ਸਕਦੇ ਹੋ ਜਿਸ ਤਰ੍ਹਾਂ ਜਿੰਨੀ ਕੁ ਉਠਾ ਸਕਦੇ ਹੋ, ਲੇਕਿਨ ਉਹ ਅਟਕ ਜਾਣਾ ਕਿ ਅਸੀਂ ਕੋਈ ਫੈਸਲਾ ਕਰ ਲੈਣਾ ਇੱਥੇ, ਇਹ ਮੁਮਕਿਨ ਨਹੀਂ ਹੈ, ਕੁਛ ਵੀ ਨਹੀਂ ਕਰ ਸਕਦੇ ਤੁਸੀਂ। ਸਰ ਮੈਂ ਉਹ ਨਹੀਂ ਗੱਲ ਕਰ ਰਿਹਾ, ਮੈਂ ਹੁਣ ਚਲੋ ਮੈਂ ਦੂਸਰੀ ਗੱਲ ਮੈਂ ਦੁਬਾਰਾ ਸਵਾਲ ਦੁਹਰਾ ਦਿੰਦਾ, ਅਗਰ ਕਿਸੇ ਬੇਕਸੂਰ ਦੀ ਜਾਨ ਚਲੀ ਜਾਂਦੀ ਤੇ ਉਹਦਾ ਕਾਤਲ ਕੌਣ? ਇਹਨਾਂ ਇਸ ਵਜੂਹਾਤ ਤੋਂ, ਕਿਹੜੀ ਵਜ੍ਹਾ ਤੋਂ? ਅਜੇ ਵੀ ਫੁਰਕਾਨ ਕਰ, ਉਹ ਇਹਦਾ ਜਵਾਬ ਇੱਕੋ ਹੀ ਹੈ, ਕਰੀਬ ਹੈ ਯਾਰ ਉਹ ਰੋਜ਼ ਮਹਿਸ਼ਰ, ਛੁਪੇਗਾ ਕਸ਼ਤੋਂ ਕਾ ਖੂਨ ਕਿਉਂ ਕਰ, ਜੋ ਚੁੱਪ ਰਹੇਗੀ ਜ਼ੁਬਾਨ ਖੰਜਰ, ਲਹੂ ਪੁਕਾਰੇਗਾ ਆਸਤੀ ਕਾ। ਇਹਦਾ ਜਵਾਬ ਹੈ ਹੀ ਹੈ ਜੀ। ਹਾਂ,
ਬਿਲਕੁਲ ਜੀ, ਇਹ ਐਗਜ਼ੈਕਟਲੀ ਇਹੀ ਜਵਾਬ ਹੈ ਇਹਦਾ। ਇਹ ਜਦੋਂ ਸਾਹਿਬ ਜਿਹੜਾ ਸਵਾਲ ਕਰ ਰਹੇ ਹੋ, ਇਹਨੂੰ ਖੁਦ ਸਿਰਫ ਠੰਡੇ ਦਿਮਾਗ ਨਾਲ ਸੋਚ ਲਓ, ਇਹ ਹਰ ਬਹਿਸ ਦੇ ਉੱਤੇ ਇਹ ਅਪਲਾਈ ਹੋ ਜਾਏਗਾ, ਇਹ ਸ਼ੀਆ ਸੁੰਨੀ ਦੀ ਲੜਾਈ ਤੇ ਹੋ ਜਾਏਗਾ, ਹਰ ਬਰੋਡ ਤੇ ਤੁਸੀਂ ਇਹ ਅਗਰ ਇਹ ਸਵਾਲ